ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਪਹਿਲੇ ਅਨਾਊਂਸ ਕੀਤਾ ਹੋਇਆ, ਅਨਾਊਂਸ ਕੀ ਕਰਨਾ ਸੀ, ਅਸੀਂ ਲਾਈਵ ਸ਼ੋਅ ਦੇ ਉੱਤੇ ਸਾਡੇ ਰਿਕੁਐਸਟ ਆਈ ਸੀ ਕਿ ਸੁਦਰਸ਼ਨ ਜੀ ਕੁਝ ਸੁਜੈਸਟ ਕਰਨ ਪੋਜ਼ਿਟਿਵ ਥਿੰਕਿੰਗ ਬਾਰੇ। ਜਿਨ੍ਹਾਂ ਨੇ ਸਾਨੂੰ ਪੁੱਛਿਆ ਸੀ ਕਿ ਵਾਈ ਨੋਟ, ਅਸੀਂ ਥੋੜ੍ਹੇ ਜਿਹੇ ਲਾਲਚੀ ਹੋ ਗਏ ਔਰ ਸੋਚਿਆ ਕਿ ਸਾਰੇ ਕਿਉਂ ਨਾ ਇਸ ਚੀਜ਼ ਬਾਰੇ ਹੋਰ ਗੱਲ ਕਰੀਏ, ਕਿਉਂਕਿ ਸਾਰਿਆਂ ਕੋਲ ਟਿਪਸ ਹੋਣੀਆਂ, ਸਾਰਿਆਂ ਕੋਲ ਇਸ ਦੇ ਬਾਰੇ ਬੜਾ ਵਿਚਾਰ ਹੋਣੇ। ਕਿਉਂਕਿ ਦੇਖਿਆ ਜਾਏ ਪੋਜ਼ਿਟਿਵ ਥਿੰਕਿੰਗ ਬੜਾ ਕਾਮਨ ਵਰਡ ਹੀ ਹੋ ਗਿਆ ਹੁਣ, ਫਰੇਜ਼ ਜਿਹੜਾ ਆਮ ਅਸੀਂ ਯੂਜ਼ ਕਰਦੇ ਰਹਿੰਦੇ ਹਾਂ, ਨਹੀਂ ਪੋਜ਼ਿਟਿਵਲੀ ਸੋਚੋ, ਪੋਜ਼ਿਟਿਵਲੀ ਸੋਚੋ, ਯੂ ਨੋ ਪੋਜ਼ਿਟਿਵ ਸੋਚਣਾ ਚਾਹੀਦਾ। ਪਰ ਅਲਟੀਮੇਟਲੀ ਹੈ ਕੀ ਚੀਜ਼ ਔਰ ਕਿਉਂ ਕਿਉਂ ਸੋਚਣਾ ਚਾਹੀਦਾ? ਜਿਨ ਸੋਚ ਰਹੇ ਹਾਂ ਉਹੀ ਸਹੀ ਕਿਉਂ ਨਹੀਂ ਹੈ? ਕਿਉਂ ਇੱਕ ਸਪੈਸ਼ਲ ਐਫਰਟ ਕਰਨੀ ਪੈਂਦੀ ਹੈ ਕਿ ਹਾਂ ਥੋਟਸ ਨੂੰ ਇੱਧਰ ਲੈ ਕੇ ਜਾਓ, ਪੋਜ਼ਿਟਿਵ ਵਾਲੀ ਸਾਈਡ 'ਤੇ ਲੈ ਕੇ ਜਾਓ, ਜਿਸ ਤਰ੍ਹਾਂ ਥੋਟਸ ਜਾ ਰਹੀਆਂ ਉਹ ਕਿਉਂ ਨਹੀਂ? ਇਸ ਬਾਰੇ ਜ਼ਰੂਰ ਗੱਲ ਕਰਾਂਗੇ। ਔਰ ਤੁਸੀਂ ਸਾਰੇ ਕਾਲ ਮਿਲਾ ਕੇ ਰੱਖੋ ਆਪਣੇ ਐਕਸਪੀਰੀਅੰਸਿਸ, ਤੁਸੀਂ ਕੀ ਸੋਚਦੇ ਹੋ, ਤੁਸੀਂ ਪੋਜ਼ਿਟਿਵ ਥਿੰਕ ਕਰੋ, ਨੈਗੇਟਿਵ ਹੋ, ਜਾਂ ਕਦੀ ਪੋਜ਼ਿਟਿਵ ਕਦੀ ਨੈਗੇਟਿਵ ਹੁੰਦੇ, ਔਰ ਜ਼ਿਆਦਾਤਰ ਕਿਸ ਪਾਸੇ ਤੁਹਾਡਾ ਝੁਕਾਵ ਹੁੰਦਾ? ਔਰ ਅਗਰ ਨੈਗੇਟਿਵ ਸੋਚ ਰਹੇ ਹੁੰਦੇ ਹੋ ਤਾਂ ਫਿਰ ਕਿਹੜੇ ਟੂਲਸ ਹੈ ਜਾਂ ਕਿਹੜੀ ਸਟ੍ਰੈਟਜੀਜ਼ ਹੈ ਜਾਂ ਕਿਹੜੇ ਤਰੀਕੇ ਹੈ ਤੁਹਾਡੇ ਕਿ ਤੁਸੀਂ ਆਪਣੇ ਮਨ ਦੀ ਜਿਹੜੀ ਸਥਿਤੀ ਹੈ ਉਹ ਸ਼ਿਫਟ ਕਰਦੇ ਹੋ? ਔਰ ਕਈ ਵਾਰੀ ਜਿਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਕੀ ਨੁਕਸਾਨ ਹੋ ਰਿਹਾ, ਅਗਰ ਕਰ ਸਕਦੇ ਹੋ ਤਾਂ ਕੀ ਉਹਦਾ ਫਾਇਦਾ ਹੋ ਰਿਹਾ? ਸੋ ਐਕਸਪੀਰੀਅੰਸਿਸ ਬਰੀਫਲੀ ਸੋਚ ਕੇ ਰੱਖਿਓ ਤਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਕਾਲਸ ਲੈ ਸਕੀਏ, ਗੱਲ ਕਰ ਸਕੀਏ ਔਰ ਸ਼ੇਅਰ ਕਰ ਸਕੀਏ। ਸੋ ਜ਼ਰੂਰ ਸੋਚ ਕੇ ਰੱਖੋ। ਔਰ ਆਈ ਐਮ ਜਸਟ ਯੂ ਨੋ ਤੁਹਾਨੂੰ ਮੈਂ ਸੁਜੈਸਟ ਕਰ ਰਹੀ ਹਾਂ ਕਿ ਰਿਕਾਰਡ ਕਰਕੇ ਰੱਖੋ ਤਾਂ ਕਿ ਆਪਣੀ ਆਵਾਜ਼ ਔਰ ਦੂਸਰਿਆਂ ਦੇ ਜਿਹੜੇ ਮਸ਼ਵਰੇ ਨੇ ਉਹ ਪੂਰੇ ਤੁਸੀਂ ਬਾਅਦ ਵਿੱਚ ਆਰਾਮ ਨਾਲ ਸੁਣ ਲਓ, ਪਰ ਤਿਆਰ ਕਰਕੇ ਰੱਖੋ ਔਰ ਆਪਣੇ ਬਰੀਫਲੀ 2 ਮਿੰਟਾਂ ਦੇ ਵਿੱਚ ਆਪਣੀ ਗੱਲ ਜ਼ਰੂਰ ਕਹੋ। ਸੋ ਗੱਲ ਕਰਦੇ ਹਾਂ ਕਿ ਪੋਜ਼ਿਟਿਵ ਔਰ ਨੈਗੇਟਿਵ ਦਾ ਹੈ ਕੀ ਹੈ, ਥਿੰਕਿੰਗ ਦੇ ਵਿੱਚ ਕੀ ਫਰਕ ਹੈ। ਜੇ ਅਸੀਂ ਓਵਰਆਲ ਸੋਚੀਏ ਕਿ ਪੋਜ਼ਿਟਿਵ ਥਿੰਕਰਸ ਜਿਹੜੇ ਬੜੇ ਆਪਟੀਮਿਸਟਿਕ ਹੁੰਦੇ ਅਤੇ ਦੂਜੇ ਜਿਹੜੇ ਹੈਗੇ ਉਹ ਪੈਸੀਮਿਸਟਿਕ ਹੁੰਦੇ ਆ, ਮਤਲਬ ਢਹਿਰ ਦੀਆਂ ਕਲਾ 'ਚ ਜ਼ਿਆਦਾ ਦਿਖਣਗੇ, ਉਦਾਸ ਨੇ, ਨਾਰਾਜ਼ ਨੇ, ਖਿਜੇ ਹੋਏ ਨੇ, ਗੁੱਸੇ 'ਚ ਨੇ। ਔਰ ਪੋਜ਼ਿਟਿਵ ਥਿੰਕਰਸ ਹੈ ਥੋੜ੍ਹੀ ਹਿਊਮਰ ਹੋਏਗੀ, ਯੂ ਨੋ ਕਮਰੇ 'ਚ ਵੜਨਗੇ ਅਤੇ ਇੱਕ ਐਨਰਜੀ ਜਿਹੜੀ ਹੈ ਬੜੀ ਪੋਜ਼ਿਟਿਵ ਕਿ ਹਾਂ ਸਾਰਿਆਂ ਨੂੰ ਲੱਗ ਰਿਹਾ ਕਿ ਹਾਂ ਜੀ ਬੜਾ ਅੱਛਾ ਲੱਗ ਰਿਹਾ। ਸੋ ਇਸ ਚੀਜ਼ ਦਾ ਕੀ ਫਰਕ ਹੈ? ਔਰ ਆਈ ਐਮ ਸ਼ੋਰ ਅਸੀਂ ਇਹ ਵੀ ਸੋਚਦੇ ਹਾਂ ਕਿ ਪੂਰਾ ਪੋਜ਼ਿਟਿਵ ਔਰ ਪੂਰਾ ਨੈਗੇਟਿਵ ਵੀ ਕੋਈ ਨਹੀਂ ਹੈ, ਯੂ ਨੋ ਹਰ ਬੰਦਾ ਕਿਸੇ ਨਾ ਕਿਸੇ ਵੇਲੇ ਪੋਜ਼ਿਟਿਵ, ਕਿਸੇ ਨਾ ਕਿਸੇ ਵੇਲੇ ਨੈਗੇਟਿਵ, ਇਹ ਵੀ ਹੈਗਾ। ਪਰ ਜ਼ਿਆਦਾਤਰ ਸਾਡਾ ਝੁਕਾਵ ਕਿਹੜੇ ਪਾਸੇ ਹੈ? ਇੱਕ ਗੱਲ ਮੈਂ ਜ਼ਰੂਰ ਸਾਰਿਆਂ ਦਾ ਅਟੈਂਸ਼ਨ ਉਹਦੇ 'ਤੇ ਦਵਾਉਣਾ ਚਾਹੁੰਦੀ ਹਾਂ ਕਿ ਬਾਏ ਡਿਫੋਲਟ ਜੇ ਅਸੀਂ ਐਫਰਟ ਨਹੀਂ ਕਰਦੇ, ਸਾਡਾ ਦਿਮਾਗ ਜਿਹੜਾ ਹੈ ਨਾ ਖਾਲੀ ਦਿਮਾਗ, ਜਿਸ ਤਰ੍ਹਾਂ ਟ੍ਰੇਨ ਹੋਇਆ ਉਹ ਠੀਕ ਹੈ, ਸਾਰੇ ਅਸੀਂ ਡਿਫਰੈਂਟਲੀ ਸੋਚਦੇ ਹਾਂ, ਪਰ ਓਵਰਆਲ ਜਦੋਂ ਅਸੀਂ ਨਹੀਂ ਕੁਝ ਸੋਚਦੇ, ਜਿਵੇਂ ਕੋਈ ਬੱਚਾ ਹੀ ਘਰ ਨਹੀਂ ਆਇਆ, ਜੇ ਅਸੀਂ ਧਿਆਨ ਨਾਲ ਦੂਸਰੇ ਪਾਸੇ ਨਾ ਲਿਆਈਏ ਆਪਣਾ ਦਿਮਾਗ ਜਾਂ ਆਪਣੀ ਥੋਟਸ, ਤਾਂ ਨੈਗੇਟਿਵ ਜਿਹੜਾ ਹੈ ਨਾ ਉਹ ਆਟੋਮੈਟਿਕ ਹੀ ਆ ਜਾਂਦਾ। ਮਤਲਬ ਬਹੁਤ ਹੀ ਸੁਖੱਲਾ ਹੈ ਨੈਗੇਟਿਵਲੀ ਸੋਚਣਾ, ਉਹਦੇ 'ਚ ਕੋਈ ਐਫਰਟ ਨਹੀਂ ਕਰਨੀ ਪੈਂਦੀ, ਉਹ ਆਰਾਮ ਨਾਲ ਆਪਣੇ ਆਪ ਹੀ ਦਿਮਾਗ ਸੋਚਦਾ ਉਸ ਤਰ੍ਹਾਂ। ਕਿਉਂ ਹੈਗਾ ਹੈ ਉਹ, ਉਹਦੇ ਵਿੱਚ ਬਹੁਤ ਰਿਸਰਚ ਹੋ ਚੁੱਕੀ ਹੈ, ਉਹ ਕੋਈ ਆਸਾਨ ਨਹੀਂ ਹੈ ਸਾਡਾ ਉਸ ਕੰਕਲੂਜਨ 'ਤੇ ਪਹੁੰਚਣਾ ਜਾਂ ਉਹਨੂੰ ਡਿਸਕਸ ਕਰਨਾ ਕਿ ਹੁੰਦਾ ਕਿਉਂ ਹੈ। ਪਰ ਇਹ ਮੰਨ ਕੇ ਚੱਲੀਏ ਕਿ ਜੋ ਨੈਗੇਟਿਵ ਹੈ ਨਾ ਉਹਦੇ ਵਾਸਤੇ ਕੋਈ ਵੀ ਜਿਹੜੀ ਮੁਸ਼ਕਤ ਹੈ, ਜਿਹੜੀ ਮਿਹਨਤ ਹੈ, ਜਿਹੜੀ ਐਫਰਟ ਹੈ ਉਹ ਨਹੀਂ ਕਰਨੀ ਪੈਂਦੀ, ਨੈਗੇਟਿਵ ਆਟੋਮੈਟਿਕ ਆ ਜਾਂਦਾ। ਪਰ ਪੋਜ਼ਿਟਿਵ ਵਾਸਤੇ ਸਾਨੂੰ ਇੱਕ ਐਫਰਟ ਕਰਨੀ ਪੈਂਦੀ ਹੈ, ਐਫਰਟ ਕਰਨੀ ਪੈਂਦੀ ਹੈ ਕਿ ਹਾਂ ਅਸੀਂ ਇੰਝ ਨਾ ਸੋਚੀਏ, ਇਸ ਤਰ੍ਹਾਂ ਸੋਚੀਏ, ਯੂ ਨੋ ਥੋੜ੍ਹੀ ਥੋਟ ਆਪਣੇ ਆਪ ਨੂੰ ਰੋਕੀਏ, ਆਪਣੇ ਥੋਟਸ ਦੇ ਉੱਤੇ ਪਹਿਰਾ ਦੇਈਏ। ਸੋ ਬੜੀਆਂ ਸਾਰੀਆਂ ਗੱਲਾਂ ਜਿਹੜੀਆਂ ਕਿ ਸ਼ੇਅਰ ਕਰਨ ਵਾਲੀਆਂ, ਸਾਰੇ ਦੇ ਸਾਰੇ ਜ਼ਰੂਰ ਕਰੋ। ਇਹ ਵੀ ਗੱਲ ਕਰਾਂਗੇ ਸ਼ੁਰੂਆਤ ਵਿੱਚ, ਪਹਿਲੇ ਇਹ ਜ਼ਰੂਰ ਇੱਕ ਤੈਅ ਕਰ ਲਈਏ ਕਿ ਕਰਨਾ ਕਿਉਂ ਹੈ, ਪੋਜ਼ਿਟਿਵ ਥਿੰਕਿੰਗ ਕਿਉਂ ਅਸੀਂ ਸੋਚਦੇ ਹਾਂ ਕਿ ਆਪਣੀ ਥੋਟਸ ਨੂੰ ਪੋਜ਼ਿਟਿਵ ਵੱਲ ਮੋੜੀਏ, ਕਿਉਂ ਨਹੀਂ ਕਿ ਹਾਂ ਜੋ ਸੋਚ ਰਿਹਾ ਠੀਕ ਹੈ, ਉਹਦੇ ਨੁਕਸਾਨ ਕੀ ਹੈ, ਫਾਇਦੇ ਕੀ ਹੈ, ਇਹ ਜ਼ਰੂਰ ਗੱਲ ਕਰਾਂਗੇ। ਕਿਉਂਕਿ ਤੁਸੀਂ ਵੀ ਜ਼ਰੂਰ ਦੱਸੋ ਕਿ ਪੋਜ਼ਿਟਿਵ ਥਿੰਕਿੰਗ ਦੀ ਫਾਇਦਾ ਕੀ ਹੈ। ਸੋ ਪਹਿਲੇ ਇਹਦੇ ਬਾਰੇ ਗੱਲ ਕਰਦੇ ਹਾਂ, ਸੋ ਇਹਦੇ ਬਾਰੇ ਹੀ ਤੁਸੀਂ ਦੱਸੋ, ਫਿਰ ਦੂਸਰੀ ਵਾਰੀ ਕਾਲ ਕਰਕੇ ਦੱਸਿਓ ਕਿ ਕਰਨਾ ਕਿਵੇਂ ਹੈ, ਪੋਜ਼ਿਟਿਵ ਵੱਲ ਮੋੜਨਾ ਕਿਵੇਂ ਆਪਣੀ ਯੂ ਨੋ ਥੋਟਸ ਨੂੰ। ਸੋ ਇਹਦੇ ਨਾਲ ਅਸੀਂ ਐਟਲੀਸਟ ਜਿਵੇਂ ਮੈਂ ਪਹਿਲੇ ਕਿਹਾ ਕਿ ਪੋਜ਼ਿਟਿਵ ਥਿੰਕਿੰਗ ਦੇ ਬਾਰੇ ਗੱਲਾਂ ਬਹੁਤ ਹੁੰਦੀਆਂ, ਬਟ ਆਫਟਰ ਆਲ ਕਰਨਾ ਕਿਵੇਂ ਹੈ, ਆਪਣੀ ਥੋਟਸ ਨੂੰ ਉਸ ਪਾਸੇ ਲੈ ਕੇ ਕਿਵੇਂ ਜਾਣਾ, ਅਲਟੀਮੇਟਲੀ ਅਸੀਂ ਉੱਥੇ ਜ਼ਰੂਰ ਯੂ ਨੋ ਪਹੁੰਚੀਏ ਡਿਸਕਸ਼ਨ ਦੇ ਵਿੱਚ। ਪਰ ਪਹਿਲੇ
ਕਨਸੈਪਚੁਅਲੀ ਮੈਨੂੰ ਲੱਗਦਾ ਕਿ ਬੜਾ ਜ਼ਰੂਰੀ ਹੈ ਕਿ ਸਮਝਣਾ ਕਿ ਜੋ ਮੈਂ ਸੋਚ ਰਹੀ ਹਾਂ ਉਹ ਨੈਗੇਟਿਵ ਹੈ ਕਿ ਪੋਜ਼ਿਟਿਵ ਹੈ, ਔਰ ਉਹਦੇ 'ਚ ਗਲਤੀ ਕੀ ਹੈ। ਅਗਰ ਮੈਂ ਨੈਗੇਟਿਵ ਹਾਂ ਸੋਚੀ ਜਾ ਰਹੀ ਹਾਂ, ਆਪਣੇ ਆਪ ਨੂੰ ਉਹਦੇ ਵਿੱਚ ਪਾਇਆ ਹੋਇਆ, ਤਾਂ ਉਹਦੇ ਸਾਡਾ ਨੁਕਸਾਨ ਕੀ ਹੈ, ਇਹ ਜ਼ਰੂਰ ਅਸੀਂ ਗੱਲ ਕਰੀਏ। ਚਲੋ ਨਾਲ ਨਾਲ ਕਾਲਸ ਲੈਂਦੇ ਹਾਂ, ਨਾਲ ਨਾਲ ਇਹਦੇ ਬਾਰੇ ਗੱਲ ਕਰਾਂਗੇ। ਲੈਟਸ ਸੀ ਪਹਿਲੇ ਕੀ ਕਹਿ ਰਹੇ ਨੇ। ਹੈਲੋ ਹੈਲੋ ਸੁਦਰਸ਼ਨ ਜੀ, ਥੈਂਕ ਯੂ ਸੋ ਮਚ ਫੋਰ ਕਾਲਿੰਗ, ਤੁਹਾਡੀ ਬੜੀ ਡਿਮਾਂਡ ਹੈ ਅੱਜ। ਤੁਸੀਂ ਦੱਸੋ ਪਹਿਲੇ ਕਿ ਤੁਹਾਡੀ ਡਿਮਾਂਡ ਹੈ ਤੇ ਸਾਡੀ ਵੀ ਡਿਮਾਂਡ ਹੈ, ਤੁਹਾਡੀ ਡਿਮਾਂਡ ਨਾਲ ਅਸੀਂ ਜੁੜੇ ਹੋਏ ਹਾਂ ਸਰਕਾਰ। ਬਿਲਕੁਲ ਬਿਲਕੁਲ ਨਹੀਂ, ਪਰ ਉਹੀ ਤੁਹਾਡੇ ਨਾਲ ਅਸੀਂ ਜੁੜੇ ਹਾਂ, ਉਹੀ ਅਸੀਂ ਇਹ ਵੇਲਾ ਇਹਦੇ 'ਚ ਹੀ ਨਾ ਗੁਆ ਦਈਏ ਕਿ ਇੱਕ ਦੂਜੇ ਨੂੰ ਅਸੀਂ ਇਹ ਕਹਿ ਕੇ। ਬਟ ਸੁਦਰਸ਼ਨ ਜੀ, ਵਾਕਈ ਸਾਨੂੰ ਪਹਿਲੇ ਤਾਂ ਇਹ ਦੱਸੋ ਕਿ ਇੱਕ ਤਾਂ ਕਾਬਿਲੇ ਤਾਰੀਫ ਹੈ ਇਸ ਚੀਜ਼ ਦੀ ਕਿ ਅਸੀਂ ਸਾਰੇ ਗਰੁੱਪ 'ਚ ਬੈਠਦੇ ਹਾਂ ਤਾਂ ਤੁਹਾਡੇ ਜਿਹੜੇ ਕਮੈਂਟਸ ਹੁੰਦੇ ਆ, ਜਿਸ ਤਰੀਕੇ ਨਾਲ ਤੁਸੀਂ ਬੋਲਦੇ ਹੋ, ਤੁਹਾਡੀ ਟੋਨ ਆਵਾਜ਼ ਦੀ, ਤੁਹਾਡੇ ਚੋਇਸ ਆਫ ਵਰਡਸ ਜੋ ਤੁਸੀਂ ਬੋਲਦੇ ਹੋ, ਉਹ ਕਿਸੇ ਨੇ ਇਹ ਇੰਪ੍ਰੈਸ਼ਨ ਲਿਆ ਵੀ ਤੁਸੀਂ ਬੜੇ ਆਪਟੀਮਿਸਟਿਕ ਹੋ, ਭਾਵੇਂ ਮਿਲੇ ਨਹੀਂ ਮਿਲੇ ਕਦੀ। ਆਵਾਜ਼ਾਂ ਦਾ, ਆਵਾਜ਼ਾਂ ਦਾ ਰਿਲੇਸ਼ਨ ਹੈ ਅਰਵਿੰਦ ਜੀ ਜੀ ਬਿਲਕੁਲ, ਸਾਰੇ ਚੈਨਲ ਤੇ ਆਵਾਜ਼ਾਂ ਦਾ ਸਿਰਫ ਰਿਲੇਸ਼ਨ ਹੈ, ਅਸੀਂ ਕਿਸੇ ਨੂੰ ਨਹੀਂ ਮਿਲੇ ਹੋਏ, ਲੇਕਿਨ ਅਸੀਂ ਗੱਲਬਾਤ ਨੂੰ ਗਾ ਕੇ ਘਰ ਸੁਣਾ ਦਿੰਨੇ ਆ, ਫਿਰ ਸ਼ਾਇਰੀ ਸੁਣਾ ਦਿੰਨੇ ਆ, ਹੱਸ ਕੇ ਸੁਣਾ ਦਿੰਨੇ ਆ, ਤਾਂ ਕਿ ਸਾਡਾ ਜਿਹੜਾ ਦਿਨ ਹੈ ਉਹ ਠੀਕ ਬੀਤੇ। ਤੇ ਸੁਦਰਸ਼ਨ ਜੀ, ਜਿਸ ਤਰ੍ਹਾਂ ਤੁਹਾਡੀ ਫਿਲਾਸਫੀ ਬਾਹਰ ਆਉਂਦੀ ਹੈ ਕਿ ਜਿਹਦੇ ਬਾਰੇ ਜੋ ਤੁਸੀਂ ਕਹਿੰਦੇ ਹੋ, ਸੋ ਤੁਹਾਨੂੰ ਕੀ ਲੱਗਦਾ ਪੋਜ਼ਿਟਿਵਲੀ ਸੋਚਣਾ ਕਿਉਂ ਜ਼ਰੂਰੀ ਹੈ? ਬਹੁਤ ਜ਼ਰੂਰੀ ਹੈ, ਬਹੁਤ ਹੈਗਾ ਜ਼ਰੂਰੀ, ਇਸ ਕਰਕੇ ਹੈ ਕਿਉਂਕਿ ਮੈਂ ਕਰਮਾਂ 'ਚ ਬਹੁਤ ਵਿਸ਼ਵਾਸ ਕਰਨੀ ਹਾਂ, ਮੈਨੂੰ ਨਹੀਂ ਪਤਾ ਬਾਕੀ ਦੇ ਵਿਊਵਰਸ ਕੀ ਸੋਚਦੇ ਨੇ। ਮੈਂ ਸੋਚਨੀ ਹੈ ਕਿ ਜੋ ਹੋ ਰਿਹਾ ਹਾਂਜੀ ਉਹ ਮੇਰੇ ਕਰਮਾਂ ਦੇ ਮੁਤਾਬਿਕ ਹੋ ਰਿਹਾ, ਕਿਉਂਕਿ ਸਾਡਾ ਜਿਹੜਾ ਇਹ ਸਰੀਰ ਹੁਣ ਦਾ ਸਰੀਰ ਹੈ, ਇਸ ਤੋਂ ਪਹਿਲੇ ਵੀ ਮੇਰੀਆਂ ਬੜੀਆਂ ਆਤਮਾ ਬੜੇ ਸਰੀਰਾਂ 'ਚ ਮੈਂ ਗਈ ਹਾਂ, ਠੀਕ ਹੈ ਨਾ। ਤੋ ਮੇਰੇ ਬੁਰੇ ਕਰਮ ਅੱਛੇ ਕਰਮ ਮੇਰੇ ਨਾਲ ਨਾਲ ਚੱਲ ਰਹੇ ਨੇ, ਉਹ ਐਜ਼ ਅ ਐਗਜ਼ਾਮਪਲ ਕਿ ਇਸ ਲਾਈਫ ਦੇ ਵਿੱਚ ਮੈਂ ਅਗਰ ਕਿਸੇ ਦਾ ਬੁਰਾ ਨਹੀਂ ਕੀਤਾ ਨਹੀਂ ਕੀਤਾ, ਲੇਕਿਨ ਉਹਦੇ ਕੋਲੋਂ ਮੈਨੂੰ ਜਿਹੜੀ ਵਾਈਬਸ ਨੇ ਉਹ ਬੁਰੀਆਂ ਮਿਲਦੀਆਂ ਨੇ, ਉਹ ਮੈਂ ਸੋਚਦੀ ਹਾਂ ਕਿ ਮੇਰੇ ਕਰਮਾਂ ਦਾ ਫਲ ਹੈ, ਪਿਛਲੇ ਕਰਮਾਂ ਦਾ ਫਲ ਹੈ, ਇਹਦੇ ਨਾਲ ਮੈਂ ਕੋਈ ਜ਼ਰੂਰ ਠੀਕ ਨਹੀਂ ਕੀਤਾ ਹੋਏਗਾ ਜਿਹੜਾ ਮੈਨੂੰ ਹੁਣੇ ਵਾਪਸ ਮਿਲ ਰਿਹਾ। ਬਾਕੀ ਜਿਹੜਾ ਮੈਂ ਸੋਚਦੀ ਹਾਂ ਉਹ ਇਹ ਸੋਚਦੀ ਹਾਂ ਕਿ ਮੈਂ ਐਕਸਪੈਕਟ ਨਹੀਂ ਕਰਦੀ ਅਰਵਿੰਦ ਜੀ ਚੀਜ਼ਾਂ, ਇਸ ਕਰਕੇ ਮੈਂ ਬੜੀ ਸੁਖੀ ਹਾਂ, ਮੈਂ ਬਿਲਕੁਲ ਐਕਸਪੈਕਟ ਨਹੀਂ ਕਰਦੀ, ਮੈਂ ਐਕਸੈਪਟ ਕਰਨੀ ਆ ਜੋ ਹੋ ਰਿਹਾ, ਮੈਂ ਉਹਨੂੰ ਐਕਸੈਪਟ ਕਰਨੀ ਹੈ, ਜੋ ਮੇਰੇ ਨਾਲ ਹੋ ਰਿਹਾ ਠੀਕ ਹੋ ਰਿਹਾ, ਜੋ ਉੱਪਰ ਵਾਲਾ ਕਰ ਰਿਹਾ ਠੀਕ ਕਰ ਰਿਹਾ। ਬਹੁਤ ਵਧੀਆ, ਸੋ ਕਨਸੈਪਚੁਅਲੀ ਤੁਹਾਡੇ ਹਿਸਾਬ ਨਾਲ ਤੁਹਾਡਾ ਜਿਹੜਾ ਐਟੀਟਿਊਡ ਹੈ ਲਾਈਫ ਵੱਲ ਉਹ ਇਹ ਹੈ ਕਿ ਜੋ ਹੋ ਰਿਹਾ ਠੀਕ ਹੋ ਰਿਹਾ, ਉਹਦੇ 'ਚ ਮਤਲਬ ਸਾਡੇ ਉਹ ਜਿਵੇਂ ਕਹਿੰਦੇ ਨੇ ਨਾ ਕਿ ਇਹ ਮੇਰੇ ਨਾਲ ਕਿਉਂ ਹੋਇਆ, ਇਹ ਹੋ ਜਾਂਦਾ। ਗੱਲ ਕੱਟ ਰਹੀ ਹਾਂ, ਐਗਜ਼ਾਮਪਲ ਦਿੰਦੀ ਹਾਂ, ਦੱਸੋ ਕਿ ਕਹਿਣਗੇ ਕਿ ਅਗਰ ਕੱਲ ਨੂੰ ਕਿਸੇ ਦੇ ਘਰ ਕੁਝ ਅਨਹੈਪਨ ਹੋ ਜਾਂਦਾ ਤਾਂ ਇਹਦਾ ਮਤਲਬ ਅੱਛਾ ਹੋਇਆ? ਨਹੀਂ, ਇਹ ਮੈਂ ਨਹੀਂ ਕਹਿੰਦੀ ਵੀ ਉਹ ਅੱਛਾ ਹੋਇਆ, ਲੇਕਿਨ ਉਹ ਵੀ ਸਾਡੇ ਆਪਣਾ ਕਰਮਾਂ ਦਾ ਫਲ ਹੈ। ਸੋ ਉੱਪਰ ਵਾਲਾ ਜੋ ਸਾਨੂੰ ਸੋਚ ਕੇ ਭੇਜ ਰਿਹਾ, ਜੋ ਜੋ ਸਾਡੀ ਨੀਤ ਵਿੱਚ ਉਹਨੇ ਲਿਖ ਦਿੱਤਾ, ਉਹ ਤੇ ਹੋਣਾ ਹੀ ਹੈ, ਉਹਨੂੰ ਤੇ ਮੈਂ ਟਾਲ ਨਹੀਂ ਸਕਦੀ, ਲੇਕਿਨ ਨੈਗੇਟਿਵ ਸੋਚ ਕਰਕੇ ਅਗਰ ਮੈਂ ਇਮੇਜਿਨ ਕਰਦੀ ਰਹਾ ਉਹ ਮੈਂ ਨਹੀਂ ਜਾਣਾ, ਮੇਰਾ ਐਕਸੀਡੈਂਟ ਨਾ ਹੋ ਜਾਏ, ਉਹ ਇਹ ਹੋ ਜਾਏਗਾ, ਉਹ ਇਹ ਹੋ ਜਾਏਗਾ, ਉਹ ਮੈਂ ਇਮੇਜਿਨ ਨਹੀਂ ਕਰਦੀ, ਮੈਂ ਕੁਝ ਗਲਤ ਚੀਜ਼ ਨੂੰ ਇਮੇਜਿਨ ਕਰਨ ਵਾਸਤੇ ਤਿਆਰ ਨਹੀਂ ਹਾਂ। ਮੈਂ ਆਪਣੇ ਆਪ ਨੂੰ ਤੁਸੀਂ ਤਿਆਰ ਰੱਖੋ ਕਿ ਜੋ ਹੋਏਗਾ ਫੇਰ ਹੋਏਗਾ। ਅੱਛੇ ਵਾਸਤੇ ਮੈਂ ਨਹੀਂ ਕਹਿ ਰਹੀ ਕਿ ਮੇਰੀ ਕੱਲ ਨੂੰ ਲਾਟਰੀ ਨਿਕਲ ਆਏਗੀ, ਨਹੀਂ, ਹਾਂ ਮੈਂ ਜ਼ਰੂਰ ਸੋਚਦੀ ਹਾਂ, ਮੈਂ ਜ਼ਰੂਰ ਲਾਟਰੀ ਲੈਣੀ ਹੈ, ਲੇਕਿਨ ਇਹ ਨਹੀਂ, ਮੈਂ ਐਕਸਪੈਕਟ ਵੀ ਕਰਦੀ ਹੋਵਾਂਗੀ, ਲੇਕਿਨ ਇਹ ਨਹੀਂ ਕਿ ਮੈਂ ਉਹਦੇ ਪਿੱਛੇ ਦੀਵਾਨੀ ਹੋਈ ਦੀ ਹਾਂ, ਠੀਕ ਹੈ, ਸ਼ੁਗਰ ਹੋ ਰਿਹਾ ਠੀਕ ਹੈ, ਹੋ ਜਾਏਗਾ ਤਾਂ ਠੀਕ ਹੈ, ਨਹੀਂ ਹੋਏਗਾ ਤਾਂ ਠੀਕ ਹੈ। ਬਹੁਤ ਵਧੀਆ ਸੁਦਰਸ਼ਨ ਜੀ, ਸੋ ਥੋੜ੍ਹਾ ਜਿਹਾ ਇਸ ਨੂੰ ਐਬਜ਼ੋਰਬ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੁਸੀਂ ਜ਼ਰੂਰ ਕਾਲ ਦੁਬਾਰਾ ਕਰਨੀ ਹੈ ਜਦੋਂ ਅਸੀਂ ਨੈਕਸਟ ਲੈਵਲ ਡਿਸਕਸ਼ਨ 'ਚ ਪਹੁੰਚਾਂਗੇ ਕਿ ਅਸੀਂ ਹੁਣ ਆਪਣੇ ਮਾਈਂਡ ਨੂੰ ਸੈੱਟ ਨੂੰ ਚੇਂਜ ਕਿਵੇਂ ਕਰਨਾ ਹੈ। ਇਹ ਤੁਹਾਡਾ ਤਾਂ ਨੈਚੁਰਲੀ ਇਹ ਸੈਟਅਪ ਬਣਿਆ ਪਿਆ, ਯੂ ਨੋ ਕਿ ਮੈਂ ਇੰਝ ਸੋਚਦੀ ਹਾਂ, ਪਰ ਜੇ ਮੇਰੇ ਵਰਗੇ ਬੰਦੇ ਜਿਹੜੇ ਸੋਚਣ ਕਿ ਹਾਂ ਮੈਂ ਥੋੜ੍ਹਾ ਨਹੀਂ ਸੋਚਦੀ ਉਸ ਤਰ੍ਹਾਂ, ਫਿਰ ਉਹਨੂੰ ਸ਼ਿਫਟ ਕਿਵੇਂ ਕਰਨਾ ਉਹਦੇ ਬਾਰੇ ਵੀ ਜ਼ਰੂਰ ਗੱਲ ਕਰਾਂਗੇ। ਸੋ ਹੁਣ ਤੱਕ ਅਗਰ ਅਬਜ਼ਰਵ ਕਰੀਏ ਕਿ ਜੋ ਸੁਦਰਸ਼ਨ ਜੀ ਨੇ ਕਿਹਾ ਕਿ ਕਨਸੈਪਚੁਅਲੀ ਤੁਹਾਡਾ ਐਟੀਟਿਊਡ ਲਾਈਫ ਵੱਲ ਕੀ ਹੋਣਾ ਚਾਹੀਦਾ, ਭਾਵੇਂ ਕਰਮਾਂ ਦਾ ਹੋਏ, ਸੋ ਯੂ ਨੋ ਮੈਨੂੰ ਲੱਗਦਾ ਕਿ ਉਹ ਨਾ ਸੁਣਨ ਜਿਹੜੇ ਸੁਣਨਾ ਚਾਹੁਣ ਕਿ ਕਰਮਾਂ ਨੂੰ ਐਕਸਕਿਊਜ਼ ਨਹੀਂ ਮੰਨਣਾ ਕਿ ਹਾਂਜੀ ਮੇਰੇ ਤਾਂ ਕਰਮਾਂ 'ਚ ਹੀ ਇਹ ਹੈ ਕਿ ਮੈਂ ਯੂ ਨੋ ਦੁਖੀ ਰਹਿਣਾ ਜਾਂ ਮੇਰੇ ਨਾਲ ਤਾਂ ਮਾੜਾ ਹੀ ਹੋਣਾ ਕਿਉਂਕਿ ਮੇਰੇ ਕਰਮਾਂ 'ਚ ਹੈ ਅਤੇ ਮੈਂ ਤਾਂ ਕੁਛ ਨਹੀਂ ਕਰ ਸਕਦੀ। ਉਹਨਾਂ ਨੂੰ ਅਸੀਂ ਪੈਸਮਿਸਟਿਕ ਮੰਨਦੇ ਹਾਂ, ਉਹਨਾਂ ਨੂੰ ਅਸੀਂ ਉਸ ਚੀਜ਼ ਨੂੰ ਨੈਗੇਟਿਵ ਥਿੰਕਿੰਗ ਮੰਨਦੇ ਹਾਂ, ਪਰ ਜਿਹੜਾ ਕਰਮਾਂ ਨੂੰ ਐਕਸੈਪਟ ਕਰਨਾ, ਜਿਵੇਂ ਸੁਦਰਸ਼ਨ ਜੀ ਕਹਿ ਰਹੇ ਹੈ ਕਿ ਵਿਲ ਆਫ ਗੋਡ, ਜਿਹੜੀ ਭਾਣੇ 'ਚ ਰਹਿਣਾ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਹਾਂ ਇਹ ਇੰਜ ਹੈ ਇੰਜ ਹੀ ਹੋਣਾ ਚਾਹੀਦਾ, ਇਹੀ ਬੈਸਟ ਤਰੀਕਾ ਹੈ, ਇਹਦਾ ਜੋ ਹੋਇਆ ਨਾ ਉਹੀ ਬੈਸਟ ਸੀ, ਜੋ ਮੈਂ ਸੋਚ ਰਹੀ ਸੀ ਉਹ ਸ਼ਾਇਦ ਇੰਨਾ ਬੈਸਟ ਨਹੀਂ ਸੀਗਾ, ਉਸ ਰੱਬ ਨੂੰ ਪਤਾ ਹੈ ਕਿ ਬੈਸਟ ਕੀ ਹੈ। ਉਹ ਜਿਹੜਾ ਐਟੀਟਿਊਡ ਹੈ ਉਹ ਪੋਜ਼ਿਟਿਵ ਹੈ।
ਸੋ ਯੂ ਨੋ ਚੇਜ਼ਿੰਗ ਨਹੀਂ ਕਰਨੀ, ਠੀਕ ਹੈ ਉਹ ਨਾਲ ਜਿਹੜਾ ਕਹਿ ਰਹੇ ਨੇ ਐਕਸਪੈਕਟੇਸ਼ਨ ਬਹੁਤ ਦੁੱਖਾਂ ਦਾ ਯੂ ਨੋ ਕਾਰਨ ਹੁੰਦਾ ਅਤੇ ਉਹ ਕਹਿੰਦੇ ਨੇ ਮੈਂ ਐਕਸਪੈਕਟ ਨਹੀਂ ਕਰਦੀ ਪਰ ਮੈਂ ਐਕਸੈਪਟ ਕਰਦੀ ਹਾਂ ਵੀ ਜੋ ਵੀ ਹੋ ਰਿਹਾ ਸਹੀ ਹੋ ਰਿਹਾ। ਲੈਂਦੀ ਹੈ ਇੱਕ ਛੋਟੀ ਜਿਹੀ ਬ੍ਰੇਕ, ਤੁਸੀਂ ਸਾਰੇ ਕਿਤੇ ਨਾ ਜਾਇਓ, ਕਾਲ ਜ਼ਰੂਰ ਕਰੋ ਔਰ ਫਿਰ ਵਰਦੇ ਹਾਂ ਅੱਗੇ। ਸਾਰਿਆਂ ਦਾ ਫਿਰ ਸਵਾਗਤ ਹੈ। ਸੁਦਰਸ਼ਨ ਜੀ ਨੇ ਜਿਵੇਂ ਕਿਹਾ ਕਿ ਮੈਂ ਤਿਆਰ ਹੀ ਨਹੀਂ ਹਾਂ, ਮੈਨੂੰ ਉਹਦੇ 'ਚ ਉਹ ਆਵਾਜ਼ ਆਉਂਦੀ ਹੈ ਕਿ ਡਿਸਾਈਡ ਟੂ ਬੀ ਹੈਪੀ, ਮਤਲਬ ਮੈਂ ਤੈਅ ਕਰ ਲਿਆ ਮੈਂ ਖੁਸ਼ ਰਹਿਣਾ, ਫਿਰ ਉਹਦੇ ਰਸਤੇ 'ਚ ਕੁਛ ਆਏ ਤਾਂ ਤੁਸੀਂ ਉਹਨੂੰ ਸਾਈਡ 'ਤੇ ਕਰੀ ਜਾਂਦੇ ਹੋ। ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜਸਪ੍ਰੀਤ, ਦੱਸੋ ਕੀ ਕਹਿੰਦੇ ਹੋ? ਅੱਜ ਮੈਂ ਕਹਾਂਗੀ ਭੈਣ ਜੀ, ਮੇਰੇ ਮੰਮੀ ਯਾਦ ਆਉਂਦੇ ਆ ਤੇ ਉਹ ਸਭ ਤੋਂ ਜ਼ਿਆਦਾ ਪੋਜ਼ਿਟਿਵ ਇਨਸਾਨ ਸੀਗੇ ਜਿਹੜੇ ਮੈਨੂੰ ਮੇਰੀ ਜ਼ਿੰਦਗੀ 'ਚ ਮਿਲੇ। ਠੀਕ ਹੈ, ਤੇ ਮੈਂ ਕਹਾਂਗੀ ਕੋਈ ਵੀ ਚੀਜ਼ ਹੁੰਦੀ ਸੀ ਨਾ ਉਹ ਹਮੇਸ਼ਾ ਜਿੱਦਾਂ ਕਹਿੰਦੇ ਆ ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ। ਮੈਂ ਐਗਜ਼ਾਮਪਲ ਦੇਵਾਂਗੀ, ਕਈ ਵਾਰੀ ਨਾ ਮੈਨੂੰ ਕੋਈ ਰਿਸ਼ਤੇਦਾਰ ਫਿਰ ਹੋ ਜਾਂਦਾ ਸੀ, ਕਾਲ ਨਹੀਂ ਕਰਦੇ ਸੀਗੇ ਜਾਂ ਮਿਲਣ ਨਹੀਂ ਆਉਂਦੇ ਸੀ, ਨੇੜੇ ਰਹਿੰਦੇ ਸੀਗੇ ਜੀ, ਤੇ ਉਹ ਫਿਰ ਚਿਰ ਬਾਅਦ ਆਉਂਦੇ ਸੀ ਜਾਂ ਚਿਰ ਬਾਅਦ ਉਹਨਾਂ ਦੀ ਕਾਲ ਆਉਂਦੀ ਸੀ। ਮੰਮੀ ਕਹਿੰਦੇ ਹੁੰਦੇ ਸੀ, ਕਹਿੰਦੇ ਤੂੰ ਸ਼ੁਕਰ ਕਰ ਅੱਜ ਤੈਨੂੰ ਯਾਦ ਕੀਤਾ ਤੇ ਅੱਜ ਤੇਰੇ ਲਈ ਟਾਈਮ ਕੱਢਿਆ ਤੇ ਅੱਜ ਤੈਨੂੰ ਮਿਲਣ ਆਇਆ ਜਾਂ ਅੱਜ ਤੈਨੂੰ ਕਾਲ ਕੀਤਾ। ਤੇ ਉਹਨਾਂ ਤੁਸੀਂ ਠੀਕ ਕਹਿੰਦੇ ਹੋ, ਮੈਂ ਸਹਿਮਤ ਹਾਂ ਬਈ ਸਾਡਾ ਹਿਊਮਨ ਨੇਚਰ, ਪਹਿਲੀ ਸੋਚ ਅਸੀਂ ਨੈਗੇਟਿਵ ਸੋਚਦੇ ਹਾਂ ਜਦੋਂ ਕੁਛ ਬੁਰਾ ਹੋ ਜਾਂਦਾ, ਬਿਲਕੁਲ, ਤੇ ਉਹ ਆਪਣੇ ਆਪ ਨੂੰ ਮਨ ਨੂੰ ਟ੍ਰੇਨ ਕਰਨਾ ਪੈਂਦਾ, ਆਪਣੇ ਥੋਟ ਚੈੱਕ ਕਰਨੇ ਪੈਂਦੇ ਆ। ਕਿਉਂਕਿ ਮੇਰੀ ਇੱਕ ਫਰੈਂਡ ਆ ਕਹਿੰਦੀ ਜੇ ਅਸੀਂ ਲਿਸਟ ਬਣਾਈ ਹੈ ਨਾ ਜਿਹੜੀਆਂ ਬੁਰੀਆਂ ਚੀਜ਼ਾਂ ਜਾਂ ਨੈਗੇਟਿਵ ਚੀਜ਼ਾਂ ਹੋਈਆਂ ਸਾਡੇ ਦਾ, ਕਹਿੰਦੀ ਉਹ ਲਿਸਟ ਤਾਂ ਖਤਮ ਹੀ ਨਹੀਂ ਹੁੰਦੀ, ਕਹਿੰਦੀ ਇੱਕ ਵਾਰੀ ਸ਼ੁਰੂ ਹੋ ਜਾਈਏ ਤੇ ਫਿਰ ਦੂਜੀ ਤੀਜੀ ਇਹਦਾ ਬਹੁਤ ਸਾਰੀਆਂ ਚੀਜ਼ਾਂ ਯਾਦ ਆ ਜਾਂਦੀਆਂ। ਤੇ ਕਹਿੰਦੀ ਉਹਦਾ ਕੀ ਹੁੰਦਾ ਬਈ ਤੁਸੀਂ ਡਿਪਰੈਸਡ ਹੋ ਜਾਂਦੇ ਹੋ, ਸੈਡ ਹੋ ਜਾਂਦੇ ਹੋ, ਅਪਸੈਟ ਹੋ ਜਾਂਦੇ ਹੋ, ਚਾਹੇ ਉਸ ਤਰ੍ਹਾਂ ਬਈ ਜੋ ਹੋ ਰਿਹਾ। ਮੈਂ ਸੁਦਰਸ਼ਨ ਜੀ ਨਾਲ ਅਗਰੀ ਕਰਦੀ ਹਾਂ, ਮੈਂ ਵੀ ਬਿਲੀਵ ਬਹੁਤ ਸਟਰੋਂਗ ਕਰਦੀ ਹਾਂ ਵੀ ਜੋ ਹੋ ਰਿਹਾ ਰੱਬ ਦੇ ਭਾਣੇ ਨਾਲ ਹੋ ਰਿਹਾ ਮੁਤਾਬਕ ਜੀ ਜੀ ਜੀ, ਤੋ ਉਹ ਐਕਸੈਪਟ ਕਰ ਲੈਣਾ ਚਾਹੀਦਾ। ਚਾਹੇ ਅੱਛਾ ਹੁਣ ਜ਼ਿੰਦਗੀ ਸਾਨੂੰ ਪਤਾ ਅਪਸ ਐਂਡ ਡਾਊਨ ਉਤਾਰ ਚੜਾਅ ਆਣਗੇ, ਪਰ ਜਦੋਂ ਏਦਾਂ ਹੁੰਦਾ ਹੈਗਾ ਨਾ ਤਦੋਂ ਥੋੜਾ ਐਕਸਟਰਾ ਹਾਰਡ ਵਰਕ ਕਰਨਾ ਪੈਂਦਾ ਚੰਗਾ। ਜਸਪ੍ਰੀਤ, ਸੋ ਮੈਂ ਕੰਸਾਈਜ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਕੀ ਕਹਿ ਰਹੇ ਹੋ। ਇੱਕ ਤਾਂ ਮੈਨੂੰ ਸਭ ਤੋਂ ਜ਼ਿਆਦਾ ਜਿਹੜਾ ਹਾਈਲਾਈਟ ਹੋਇਆ ਹੈ ਕਿ ਗ੍ਰੈਟੀਟਿਊਡ, ਯੂ ਨੋ, ਜਿੰਨਾ ਜ਼ਿਆਦਾ ਅਸੀਂ ਗ੍ਰੈਟੀਟਿਊਡ 'ਚ ਹੁੰਦੇ ਹਾਂ ਅਸੀਂ ਆਪਣੀ ਪਰਸੈਪਸ਼ਨ ਨੂੰ, ਆਪਣੀ ਮਨ ਦੀ ਸੋਚ ਨੂੰ ਬਦਲ ਲੈਂਦੇ ਹਾਂ, ਕਿਉਂਕਿ ਉਹੀ ਹੈ ਨਾ ਗ੍ਰੈਟੀਟਿਊਡ, ਜਿਵੇਂ ਹਾਫ ਗਲਾਸ ਫੁੱਲ ਹੈ ਕਿ ਐਮਟੀ ਹੈ। ਅਗਰ ਸਾਡਾ ਨਜ਼ਰੀਆ ਅਗਰ ਅੱਧੇ ਗਲਾਸ ਜਿਹੜਾ ਭਰਿਆ ਉਹਦੇ ਵੱਲ ਜਾ ਰਿਹਾ, ਫੋਕਸ ਕਿਹਦੇ ਵੱਲ ਹੈ, ਜਿਵੇਂ ਤੁਸੀਂ ਤੁਹਾਡੀ ਫਰੈਂਡ ਦੀ ਵੀ ਗੱਲ ਕਰ ਰਹੇ ਹੋ ਕਿ ਅਗਰ ਉਹ ਨੈਗੇਟਿਵ ਵੱਲ ਫੋਕਸ ਕਰੀਏ ਤਾਂ ਉਹ ਲੰਬੀ ਲਾਈਨ ਉਹਦੀ ਹੋ ਹੀ ਜਾਏਗੀ, ਪਰ ਜੇ ਉਹਨੂੰ ਹਟ ਕੇ ਅਸੀਂ ਪੋਜ਼ਿਟਿਵ ਵੱਲ ਕਰੀਏ। ਔਰ ਮੇਰਾ ਦਿਲ 'ਚ ਤਾਂ ਇਹ ਵੀ ਆ ਰਿਹਾ ਸੀ ਕਿ ਬਾਏ ਚਾਂਸ ਜਸਟ ਫੋਰ ਅ ਗੇਮ ਅਗਰ ਅਸੀਂ ਦੋਨੋਂ ਇੱਕ ਦਿਨ ਦੇ ਵਿੱਚ, ਇੱਕ ਘੰਟੇ ਦੇ ਵਿੱਚ, 2 ਘੰਟੇ ਦੇ ਵਿੱਚ ਇੱਕ ਚੂਜ਼ ਕਰੀਏ ਨਾ ਕਿ ਦੋਨੋਂ ਲਿਸਟ ਬਣਾਉਣੀ ਹੈ, ਟਰੱਸਟ ਮੀ ਪੋਜ਼ਿਟਿਵ ਦੀ ਬਹੁਤ ਲੰਬੀ ਲਿਸਟ ਹੋਏਗੀ, ਅਸੀਂ ਉਹਨੂੰ ਦੇਖਦੇ ਨਹੀਂ। ਉਹੀ ਜਿਵੇਂ ਪਹਿਲੇ ਕਹਿ ਰਹੇ ਹਾਂ ਕਿ ਨੈਗੇਟਿਵ ਸਾਡੇ ਨਾਲ ਟਿਕਦਾ ਹੈ, ਮਤਲਬ ਉਹ ਇਟਸ ਸਟਕਸ ਮੋਰ, ਸਾਨੂੰ ਧਿਆਨ ਉਹਦੇ ਵੱਲ ਜ਼ਿਆਦਾ ਜਾਂਦਾ। ਜਿਵੇਂ ਕਹਿੰਦੇ ਨਾ ਪੇਜ ਅਗਰ ਪੂਰਾ ਬਲੂ ਦੇ ਵਿੱਚ ਲਿਖਿਆ ਹੋਏ, ਇੱਕ ਵਰਡ ਜਿਹੜਾ ਰੈੱਡ 'ਚ ਲਿਖਿਆ ਹੁੰਦਾ ਉਹ ਦੂਰੋਂ ਦਿਖਦਾ, ਉਹ ਹਿਸਾਬ ਕਿਤਾਬ ਹੈ ਸਾਡਾ ਕਿ ਸਾਰਾ ਕੁਛ ਪੋਜ਼ਿਟਿਵ ਹੈ ਅੱਜ ਦੀ ਦੁਨੀਆ ਦੇ ਵਿੱਚ, ਅੱਜ ਦੀ ਜ਼ਿੰਦਗੀ ਦੇ ਵਿੱਚ, ਮਤਲਬ ਅਨਗਿਣਤ ਪੋਜ਼ਿਟਿਵ ਸਾਡੇ ਕੋਲ ਹੈ ਬੇਸਿਕਲੀ। ਦੇਖੋ ਅਸੀਂ ਅੱਜ ਕਿਤਨੇ ਆਰਾਮ ਨਾਲ ਆਪਣੇ ਘਰ 'ਚ ਬੈਠ ਕੇ, ਮੈਂ ਇੱਥੇ ਬੈਠ ਕੇ, ਸਾਰੇ ਕਿੰਨੇ ਇਕੱਠੇ ਬੰਦੇ ਗੱਲਾਂ ਕਰ ਰਹੇ ਹਾਂ, ਕੋਈ ਕਿਸੇ ਨੂੰ ਐਟਲੀਸਟ ਇਹ ਨਹੀਂ ਹੈਗਾ ਵੀ ਹਾਂ ਹੁਣ ਦੁਪਹਿਰ ਜਦੋਂ ਹੋਏਗੀ ਉਹ ਰੋਟੀ ਖਾਣ ਦੀ, ਕਿਸੇ ਨੂੰ ਉਹ ਨਹੀਂ ਹੈ ਕਿ ਹਾਂ ਕਿੱਥੋਂ ਲਾਏਗੀ ਅਤੇ ਕਿਵੇਂ ਖਾਵਾਂਗੇ। ਐਟਲੀਸਟ ਅਸੀਂ ਸਾਰੇ ਇੱਕ ਮਿੰਟ ਵਾਸਤੇ ਦੇਖੀਏ, ਆਰਾਮ ਨਾਲ ਇੱਕ ਪੈੱਨ ਹੈਗਾ ਜਿਹੜਾ ਕਿ ਲਿਖੇ ਜਾ ਰਿਹਾ, ਮੈਨੂੰ ਕੋਈ ਉਹ ਯੂ ਨੋ ਸ਼ਾਈ ਨਹੀਂ ਬਣਾਉਣੀ ਪੈ ਰਹੀ, ਉਹ ਨਹੀਂ ਕਰਨਾ ਪੈ ਰਿਹਾ,
ਐਂਡ ਫੋਨਾਂ ਤੇ ਸਾਡੀ ਗੱਲ ਹੋ ਜਾਂਦੀ ਹੈ, ਮਤਲਬ ਕਿਹੜੀ ਕਿਹੜੀ ਚੀਜ਼ ਗਿਣੀਏ ਅਸੀਂ ਇੱਕ ਘੜੀ ਵਿੱਚ ਵੀ, ਇੱਕ ਮੂਮੈਂਟ ਵਿੱਚ ਵੀ ਜਿਹੜੀ ਸਾਡੇ ਕੋਲ ਹੈਗੀ ਹੈ ਗ੍ਰੈਟੀਟਿਊਡ ਵਾਸਤੇ, ਥੈਂਕਫੁਲਨੈਸ ਵਾਸਤੇ। ਸੋ ਯੂ ਨੋ ਲਿਸਟ ਬਹੁਤ ਲੰਬੀ ਹੈ, ਬਹੁਤ ਲੰਬੀ ਹੈਗੀ ਹੈ, ਪਰ ਅਸੀਂ ਉਹ ਚੀਜ਼ਾਂ ਫੋਕਸ ਲੈ ਲੈਂਦੇ ਹਾਂ। ਜੀ ਬਿਲਕੁਲ ਜਸਪ੍ਰੀਤ, ਥੈਂਕ ਯੂ ਸੋ ਮਚ। ਹੋਰ ਵੀ ਕਾਲ ਕਰਦੇ ਆ, ਪਰ ਤੁਸੀਂ ਜਾਣਾ ਕਿਤੇ ਨਹੀਂ ਜਸਪ੍ਰੀਤ, ਅਸੀਂ ਜਦੋਂ ਟੂਲਸ ਦੀ ਗੱਲ ਕਰਾਂਗੇ ਕਿ ਅਸੀਂ ਸ਼ਿਫਟ ਕਿਵੇਂ ਕਰਨਾ, ਤੁਸੀਂ ਜ਼ਰੂਰ ਕਾਲ ਕਰਨਾ, ਕਿਉਂਕਿ ਹੁਣ ਦੇਖੋ ਜਿੱਥੇ ਤੱਕ ਸਾਡੀ ਹੁਣ ਗੱਲ ਹੋਈ ਹੈ ਕਿ ਸਾਡਾ ਫੋਕਸ ਕਿੱਥੇ ਹੈ, ਔਰ ਫੋਕਸ ਕਿਉਂ ਸਾਡਾ ਇੰਨਾ ਜ਼ਿਆਦਾ, ਪਾਵਰ ਕਿੰਨੀ ਹੈ ਪੋਜ਼ਿਟਿਵ ਥਿੰਕਿੰਗ ਦੀ, ਕਿ ਜਿਹਦੇ ਵੱਲ ਅਸੀਂ ਬੜੀ ਵਾਰੀ ਇਹ ਗੱਲ ਕੀਤੀ ਹੈ ਕਿ ਅਟਰੈਕਟ ਕਰਦੀ ਹੈ, ਜਿੱਥੇ ਸਾਡੀ ਅਟੈਨਸ਼ਨ ਜਾਂਦੀ ਹੈ, ਜਿੱਥੇ ਸਾਡੀ ਥੋਟਸ ਜਾਂਦੀਆਂ, ਉੱਥੇ ਹੀ ਬਾਕੀ ਸਾਰੀਆਂ ਚੀਜ਼ਾਂ ਜਾਂਦੀਆਂ, ਖੁਸ਼ੀ, ਯੂ ਨੋ ਰੌਣਕ, ਹੋਰ ਸਾਨੂੰ ਰਿਚ, ਈਵਨ ਮਨੀ। ਕਹਿੰਦੇ ਕਿ ਜਿੱਥੇ ਤੁਹਾਡਾ ਧਿਆਨ ਹੈ, ਸੋ ਕਹਿੰਦੇ ਨਾ ਖੁਸ਼ ਰਹੋਗੇ ਆਪਣੇ ਆਪ ਪੈਸਾ ਵੀ ਤੁਹਾਡਾ ਅਟਰੈਕਟ ਕਰੇਗਾ, ਤੁਸੀਂ ਅਟਰੈਕਟ ਕਰੋਗੇ ਰਿਚਨੈਸ ਨੂੰ। ਔਰ ਰਿਚਨੈਸ ਸਿਰਫ ਮਟੀਰੀਅਲ ਵਰਲਡ ਦੀ ਨਹੀਂ ਹੈ, ਹਰ ਚੀਜ਼ ਦੀ ਹੈ, ਕਿ ਜਦੋਂ ਤੁਸੀਂ ਖੁਸ਼ ਹੁੰਦੇ ਹੋ ਤੁਸੀਂ ਚੰਗੇ ਬੰਦਿਆਂ ਨੂੰ ਅਟਰੈਕਟ ਕਰਦੇ ਹੋ, ਤੁਸੀਂ ਚੰਗਾ ਬੋਲ ਰਹੇ ਹੋ ਉਹ ਵੀ ਚੰਗਾ ਬੋਲ ਰਿਹਾ। ਸੋ ਬੜੀਆਂ ਸਾਰੀਆਂ ਚੀਜ਼ਾਂ ਇਹਦੇ 'ਤੇ ਕਲੀਅਰ ਹੁੰਦੀਆਂ ਕਿ ਜਦੋਂ ਅਸੀਂ ਨੈਗੇਟਿਵ ਸੋਚ ਰਹੇ ਹੁੰਦੇ ਹਾਂ ਕਿਉਂ ਜ਼ਰੂਰੀ ਹੈ ਕਿ ਪੋਜ਼ਿਟਿਵ ਕਰੀਏ, ਔਰ ਨਹੀਂ ਇਹ ਬਿਲਕੁਲ ਆਪਣਾ ਕਾਟਾ ਮਾਰ ਦਈਏ ਕਿ ਜਦੋਂ ਨੈਗੇਟਿਵ ਹੈ ਤਾਂ ਕੋਈ ਗੱਲ ਨਹੀਂ, ਮੈਂ ਨੈਗੇਟਿਵ ਹੀ ਸੋਚ ਰਹੀ ਹਾਂ, ਕਿਉਂਕਿ ਜੇ ਮੈਂ ਨੈਗੇਟਿਵ ਕਿਸੇ ਹੋਰ ਨੂੰ ਕਹਿੰਦੀ ਹਾਂ ਉਹਦਾ ਵੀ ਧਿਆਨ ਨੈਗੇਟਿਵ ਹੋ ਜਾਂਦਾ, ਜੇ ਮੈਂ ਕਹਿੰਦੀ ਹਾਂ ਹਾਏ ਇਹ ਨਹੀਂ ਹੈ। ਬੜੀਆਂ ਰਿਸਰਚਿਸ ਇਹਦੇ ਬਾਰੇ ਹੋਈਆਂ, ਸੋ ਮੈਂ ਇੱਕ ਰਿਸਰਚ ਜਿਵੇਂ ਕਹਿੰਦੇ ਕਿ ਜੇ ਤੁਸੀਂ, ਮੈਂ ਤੁਹਾਨੂੰ ਗਲਾਸ ਪਾਣੀ ਦਿੰਦਿਆਂ ਵੇਲੇ ਬੋਲਾਂ ਕਿ ਅੱਧਾ ਗਲਾਸ, ਬਸ ਅੱਧਾ ਗਲਾਸ ਭਰਿਆ, ਸੋ ਮੇਰੀ ਵਰਡਸ ਦੇ ਵਿੱਚ ਹੀ ਤੁਹਾਡਾ ਧਿਆਨ ਜਿਹੜਾ ਹੈ ਉਹਦੇ ਪਾਣੀ ਭਰੇ ਦੇ ਵਿੱਚ ਜਾਏਗਾ। ਜੇ ਮੈਂ ਕਹਾਂ ਅੱਧਾ ਗਲਾਸ ਖਾਲੀ ਪਿਆ, ਪੂਰਾ ਨਹੀਂ ਭਰਿਆ, ਪੂਰਾ ਨਹੀਂ ਭਰਿਆ, ਤਾਂ ਤੁਹਾਡਾ ਜਿਹੜਾ ਖਾਲੀ ਪੋਰਸ਼ਨ ਹੈ ਨਾ ਉਹਦੇ ਵੱਲ ਧਿਆਨ ਜਾਏਗਾ ਵੀ ਹਾਂ ਬੜਾ ਥੋੜ੍ਹਾ ਹੈ, ਸਮਝ ਰਹੇ ਹੋਏ ਗੱਲ। ਸੋ ਜਿਸ ਵੱਲ ਧਿਆਨ ਦਵਾਈਏ ਦੂਜੇ ਦਾ ਵੀ ਧਿਆਨ ਉਹਦੇ ਵੱਲ ਹੀ ਜਾਂਦਾ, ਐਂਡ ਦੈਨ ਦ ਕਲੈਕਟਿਵ ਕੌਨਸ਼ੀਅਸਨੈਸ ਜਿਹੜੀ ਅਸੀਂ ਸਾਰੇ ਉਸ ਵੱਲ ਸੋਚਣ ਲੱਗ ਜਾਂਦੇ ਹਾਂ। ਸੋ ਐਵੇਂ ਨਹੀਂ ਗੱਲ ਕਹੀ ਕਿ ਕਿਸੇ ਇੱਕ ਬੰਦੇ ਨੂੰ ਮਾੜਾ ਕਹਿਣਾ ਬੜਾ ਆਸਾਨ ਹੈ, ਪਰ ਜਦੋਂ ਇੱਕ ਦੂਜੇ ਬੰਦੇ ਦਾ ਧਿਆਨ ਅਸੀਂ ਉਹਦੀ ਗਲਤ ਚੀਜ਼ ਵੱਲ ਦਿੰਦੇ ਹਾਂ, ਉਹ ਕਰਦੇ 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 ਉਹ ਵਾਕਈ ਬੰਦਾ ਇੱਕ ਮਾੜਾ ਬੰਦਾ ਸਿੱਧ ਹੋ ਜਾਂਦਾ। ਸੋ ਇਹ ਬੜਾ ਇੰਪੋਰਟੈਂਟ ਹੈ, ਬੜੀਆਂ ਸਾਰੀਆਂ ਰਿਸਰਚਿਸ ਇਹਦੇ 'ਤੇ ਹੋ ਗਈਆਂ ਕਿ ਈਵਨ ਜਿਹੜਾ ਯੂ ਨੋ ਮਿਊਜ਼ਿਕ ਹੈ ਕਿ ਹਾਂ ਬੜਾ ਸੈਡ ਮਿਊਜ਼ਿਕ ਹੈ, ਉਸੀ ਸੈਡ ਮਿਊਜ਼ਿਕ ਨੂੰ ਅਸੀਂ ਬਾਰ ਬਾਰ ਅਗਰ ਕਹੀਏ ਇਹ ਸੈਡ ਮਿਊਜ਼ਿਕ ਹੈ, ਦੂਸਰਾ ਵੀ ਉਹਨੂੰ ਸੈਡ ਸੋਚਦਾ, ਤੀਸਰਾ ਵੀ ਉਹਨੂੰ ਸੈਡ ਸੋਚਦਾ, ਪਰ ਉਹਨੂੰ ਜਦੋਂ ਵੀ ਸੁਣਦੇ ਹਾਂ ਤਾਂ ਸੈਡ ਹੋ ਜਾਂਦੇ ਹਾਂ। ਪਰ ਇੱਕ ਹੋਰ ਐਕਸਪੈਰੀਮੈਂਟ 'ਚ ਨਵੇਂ ਬੱਚਿਆਂ ਨੂੰ ਉਹਨੂੰ ਸੈਡ ਬਿਲਕੁਲ ਨਹੀਂ, ਉਹਨੂੰ ਐਸੋਸੀਏਟ ਕੀਤਾ ਹੈਪੀਨੈਸ ਦੇ ਨਾਲ, ਸੇਮ ਮਿਊਜ਼ਿਕ ਨੂੰ, ਸੋ ਹੈਪੀਨੈਸ ਨਾਲ ਐਸੋਸੀਏਟ ਕੀਤਾ ਅਤੇ ਉਹ ਹੈਪੀ ਜਿਹਾ ਬਣ ਗਿਆ ਉਹਨਾਂ ਵਾਸਤੇ, ਫਿਰ ਦੂਸਰੇ ਨੂੰ ਕਰਦੇ ਕਰਦੇ, ਸੋ ਜਦੋਂ ਵੀ ਉਹ ਸੁਣਦੇ ਸੀ ਉਹ ਹੈਪੀ ਹੁੰਦੇ ਸੀ। ਸੋ ਕਹਿਣ ਦਾ ਭਾਵ ਹੈ ਕਿ ਅਸੀਂ ਨੈਗੇਟਿਵਿਟੀ ਬਾਏ ਡਿਫੋਲਟ ਫਸਟ ਤਾਂ ਜਾਂਦੇ ਹਾਂ, ਫਿਰ ਅਸੀਂ ਉਸ ਚੀਜ਼ ਨੂੰ ਸਪਰੈਡ ਬੜੀ ਆਸਾਨੀ ਨਾਲ ਕਰ ਦਿੰਦੇ ਹਾਂ, ਕਿਉਂਕਿ ਇੱਕ ਨੂੰ ਕਿਹਾ ਦੂਜੇ ਨੂੰ ਕਿਹਾ ਔਰ ਫਿਰ ਉਹ ਚੀਜ਼ ਉਸੀ ਪਾਸੇ ਤੁਰਨ ਲੱਗ ਜਾਂਦੀ ਹੈ। ਸੋ ਸਾਡੀ ਚੋਇਸ ਹੈ, ਸਾਡੇ ਵੱਸ ਹੈ, ਪਰ ਥੋੜ੍ਹਾ ਕੰਮ ਕਰਨਾ ਪਏਗਾ ਪੋਜ਼ਿਟਿਵ ਵਾਸਤੇ, ਸਾਨੂੰ ਥੋੜ੍ਹੀ ਐਫਰਟ ਕਰਨੀ ਪਏਗੀ। ਲੈਂਦੇ ਹਾਂ ਇੱਕ ਛੋਟੀ ਬ੍ਰੇਕ, ਤੁਸੀਂ ਜ਼ਰੂਰ ਕਾਲ ਇਸੇ ਤਰ੍ਹਾਂ ਕਰਦੇ ਰਹੋ, ਅੱਗੇ ਗੱਲ ਵਧਾਉਂਦੇ ਰਹਾਂਗੇ। ਸਾਰਿਆਂ ਦਾ ਫਿਰ ਸਵਾਗਤ ਹੈ। ਸੋ ਗੱਲ ਹੋ ਰਹੀ ਹੈ ਕਿ ਫੋਕਸ, ਅਟੈਂਸ਼ਨ, ਲਾਅ ਆਫ ਅਟਰੈਕਸ਼ਨ, ਬੜੇ ਰੀਜ਼ਨ ਸਾਨੂੰ ਮਿਲੇ ਹੈ ਕਿ ਕਿਉਂ ਸਾਨੂੰ ਪੋਜ਼ਿਟਿਵ ਹੀ ਸੋਚਣਾ ਚਾਹੀਦਾ, ਐਂਡ ਨਾਲੇ ਸਪਰੈਡ ਵੀ ਕਰਨਾ ਚਾਹੀਦਾ ਕਿ ਪੋਜ਼ਿਟਿਵ, ਕਿਉਂਕਿ ਜਿਸ ਤਰ੍ਹਾਂ ਮਰਜ਼ੀ ਸੋਚ ਲਈਏ ਕਿ ਇਹ ਯੂਨੀਵਰਸ ਹੈ, ਲਾਈਫ ਜਿਹੜੀ ਹੈ ਨਾ ਆਈਨਾ ਹੈ, ਇੱਕ ਮਿਰਰ ਵਾਕਣ ਹੈ, ਜੋ ਅਸੀਂ ਰਿਫਲੈਕਟ ਕਰਦੇ ਹਾਂ, ਜੋ ਅਸੀਂ ਉਹਨੂੰ ਦਿਖਾਉਂਦੇ ਹਾਂ, ਉਹੀ ਸਾਨੂੰ ਵਾਪਸ ਮਿਲ ਰਿਹਾ ਹੁੰਦਾ। ਸੋ ਉਹਦੇ ਕਰਕੇ ਵੀ ਬੜਾ ਜ਼ਰੂਰੀ ਹੈ ਕਿ ਅਸੀਂ ਪੋਜ਼ਿਟਿਵ ਰਹੀਏ ਅਤੇ ਹੋਰ ਪੋਜ਼ਿਟਿਵ ਆਏਗਾ, ਜੇ ਨੈਗੇਟਿਵ ਰਵਾਂਗੇ ਤਾਂ ਓਨਾ ਹੀ ਸਾਨੂੰ ਰਿਫਲੈਕਟ ਹੋ ਕੇ ਉਹ ਵਾਪਸ ਆਏਗਾ। ਔਰ ਇਹ ਖਾਲੀ ਕਹਿਣ ਵਾਸਤੇ ਨਹੀਂ, ਸਮਝਣ ਵਾਸਤੇ ਜ਼ਰੂਰੀ ਹੈ ਕਿ ਇਹ ਸਿਰਫ ਗੱਲਾਂ ਨਹੀਂ ਹੈ, ਬੜੇ ਬੜੇ ਲੀਨੀਅਰ ਰਿਸਰਚਿਸ, ਮਤਲਬ 20 ਸਾਲ ਦੇ ਵਿੱਚ ਯੂ ਨੋ ਡਿਫਰੈਂਟ ਬੰਦਿਆਂ ਦੇ ਫੈਮਲੀਜ਼ ਦੀ ਜਿਹੜੀ ਰਿਸਰਚ ਹੁੰਦੀ ਹੈ ਕਿ ਹਾਂ ਉਹ 10 ਈਅਰਸ ਓਲਡ ਸੀਗਾ, ਫਿਰ 20 ਈਅਰਸ, 30 ਈਅਰਸ, 40 ਈਅਰਸ, ਉਸ ਤਰ੍ਹਾਂ ਲੀਨੀਅਰ ਰਿਸਰਚਿਸ ਜਿਹੜੀਆਂ ਹੋਈਆਂ ਉਹਨਾਂ ਦੇ ਵਿੱਚ ਵੀ ਅਪਰੂਵ ਹੋ ਚੁੱਕਾ ਕਿ ਜਿਸ ਤਰ੍ਹਾਂ ਅਸੀਂ ਸਪਰੈਡ ਕਰਦੇ ਹਾਂ, ਔਰ ਕੰਸੈਪਚੁਅਲੀ ਜਿਵੇਂ ਅਸੀਂ ਗੱਲ ਕਰ ਰਹੇ ਹਾਂ, ਜਸਪ੍ਰੀਤ ਨੇ ਵੀ ਕਿਹਾ, ਸੁਦਰਸ਼ਨ ਜੀ ਨੇ ਵੀ ਕਿਹਾ ਕਿ ਮੈਂ ਐਟੀਟਿਊਡ ਵਾਈਜ਼ ਹੀ ਸੋਚਦੀ ਹਾਂ ਕਿ ਬਈ ਜੋ ਹੈ ਸੋ ਠੀਕ, ਔਰ ਸਪਰੈਡ ਨਹੀਂ ਕਰਨਾ ਉਹਦਾ ਕਿਉਂ ਫਾਇਦਾ ਹੈ। ਜਿਸ ਤਰ੍ਹਾਂ ਅਸੀਂ ਹੁਣੇ, ਮੈਂ ਇਗਜ਼ਾਮਪਲ ਦੇਣੀ ਹਾਂ ਕਿ ਇੱਕ ਰਿਸਰਚ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਰਜਨਸ ਔਰ ਓਪਰੇਸ਼ਨਸ ਦਾ ਹੋਇਆ ਕਿ ਜਦੋਂ ਵੀ ਸਰਜਰੀ ਹੋ ਕੇ ਵਾਪਸ ਬਾਹਰ ਆਉਂਦੇ ਸੀ, ਸਰਜਨਸ ਨੇ ਇੱਕ ਗਰੁੱਪ ਨੂੰ ਕਹਿਣਾ ਕਿ 70% ਜਿਹੜਾ ਓਪਰੇਸ਼ਨ ਆ ਉਹ ਸਕਸੈਸਫੁਲ ਹੋ ਗਿਆ,
ਸੋ ਬੰਦੇ ਸਾਰੇ ਬੜੇ ਖੁਸ਼ ਹੋ ਜਾਂਦੇ ਸੀ। ਸੇਮ ਐਗਜ਼ੈਕਟ ਯੂ ਨੋ ਰਿਜ਼ਲਟਸ ਦੇ ਨਾਲ ਅਗਰ ਸਰਜਨ ਕਹੇ ਕਿ 30% ਓਪਰੇਸ਼ਨ ਫੇਲ ਹੋ ਗਿਆ ਤਾਂ ਸਾਰੇ ਉਦਾਸ ਹੋ ਜਾਂਦੇ ਸੀ। ਬੜਾ ਓਬਵੀਅਸ ਹੈ ਨਾ ਕਿ ਸਾਨੂੰ ਕੋਈ ਆ ਕੇ ਕਹਿੰਦਾ 70% ਸਕਸੈਸਫੁਲ ਹੋ ਗਿਆ, ਅਸੀਂ ਕਹਿੰਦੇ ਓਕੇ ਵੈਰੀ ਗੁੱਡ, ਪਰ ਕਹਿੰਦੇ 30% ਫੇਲ ਹੋ ਗਿਆ ਸਾਡਾ ਮਨ ਹੋ ਜਾਂਦਾ। ਬਟ ਇੱਕ ਹੋਰ ਟਵਿਸਟ ਕੀਤਾ ਫਿਰ ਉਹਨਾਂ ਨੇ ਉਸ ਰਿਸਰਚ ਵਿੱਚ ਕਿ ਜਿਹੜੇ ਜਿਨ੍ਹਾਂ ਨੂੰ ਕਿਹਾ 70% ਠੀਕ ਹੈਗਾ, ਉਸੀ ਬੰਦਿਆਂ ਨੂੰ ਉਸੀ ਗਰੁੱਪ ਨੂੰ ਬਾਅਦ ਵਿੱਚ ਦੂਜੀ ਵਾਰੀ ਕਨਵਰਸੇਸ਼ਨ 'ਚ ਕਿਹਾ ਕਿ 30% ਫੇਲ ਹੋ ਗਿਆ ਅਤੇ ਉਹਨਾਂ ਦਾ ਮਨ ਇੱਕਦਮ ਉਦਾਸ ਹੋ ਗਿਆ। ਸੇਮ ਚੀਜ਼ ਕਹਿ ਰਿਹਾ ਉਹ, ਬਟ ਜਿਨ੍ਹਾਂ ਨੂੰ 30% ਫੇਲ ਕਿਹਾ ਸੀਗਾ ਉਹਨਾਂ ਨੂੰ ਜਦੋਂ ਕਿਹਾ ਕਿ 70% ਸਕਸੈਸਫੁਲ ਹੋ ਗਿਆ ਤਾਂ ਉਹਨਾਂ ਦਾ ਜਿਹੜਾ ਮਾਇੰਡਸੈਟ ਹੈਗਾ ਉਹ ਉਨਾ ਜ਼ਿਆਦਾ ਖੁਸ਼ ਨਹੀਂ ਹੋਇਆ। ਉਹਦਾ ਭਾਵ ਇਹ ਹੈ, ਕੰਕਲੂਜਨ ਇਹ ਨਿਕਲਦਾ ਕਿ ਜਿਹੜਾ ਨੈਗੇਟਿਵ ਹੈ ਉਹ ਸਾਡੇ ਨਾਲ ਸਟਿੱਕ ਕਰਦਾ। ਐਂਡ ਇਸ ਪਿੱਛੇ ਬੜਾ ਜ਼ਰੂਰੀ ਹੈ ਅਸੀਂ ਫਾਰਮੂਲੇਟ ਕੀ ਕਰਦੇ ਹਾਂ ਕਹਿਣ ਨੂੰ। ਗੱਲ ਤਾਂ ਸਰਜਨ ਨੇ ਸੇਮ ਹੀ ਕਹੀ, ਰਿਪੋਰਟ ਰਿਜ਼ਲਟ ਤਾਂ ਸੇਮ ਹੀ ਦਿੱਤਾ, ਬਟ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਦੱਸਦੇ ਹਾਂ ਉਹ ਬੜਾ ਡਿਪੈਂਡ ਕਰਦਾ। ਸੋ ਪੋਜ਼ਿਟਿਵ ਆਪ ਹੋਣ ਦੇ ਨਾਲ ਨਾਲ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਦੂਜਿਆਂ ਨੂੰ ਜਦੋਂ ਕਹਿੰਦੇ ਹਾਂ ਕੁਛ ਤਾਂ ਅਸੀਂ ਕਿਵੇਂ ਕਹਿੰਦੇ ਹਾਂ, ਸੇਮ ਗੱਲ ਕਹਿਣੀ ਹੈ ਪਰ ਕਿਵੇਂ ਕਹਿਣੀ ਹੈ, ਕਿਉਂਕਿ ਅਲਟੀਮੇਟਲੀ ਅਗਰ ਅਸੀਂ ਸੈਲਫਿਸ਼ ਵੀ ਹੋਈਏ ਤਾਂ ਜੋ ਅਸੀਂ ਕਹਿ ਰਹੇ ਹਾਂ ਰਿਫਲੈਕਟ ਸਾਡੇ 'ਤੇ ਹੀ ਹੋਣਾ, ਯੂ ਨੋ, ਯੂਨੀਵਰਸ ਦੇ ਹਿਸਾਬ ਨਾਲ। ਸੋ ਬੜਾ ਜ਼ਰੂਰੀ ਹੈ, ਹੁਣ ਅਸੀਂ ਇਹ ਤੈਅ ਕਰ ਲਿਆ ਕਿ ਬੜਾ ਜ਼ਰੂਰੀ ਹੈ ਕਿ ਅਸੀਂ ਪੋਜ਼ਿਟਿਵ ਹੀ ਸੋਚਣਾ ਹੈ। ਹੁਣ ਐਫਰਟ ਕੀ ਕੀਤੀ ਜਾਏ, ਕਿਸ ਤਰ੍ਹਾਂ ਉਹਨਾਂ ਬਦਲਾਵ ਲਿਆ ਜਾਏ ਆਪਣੇ ਮਨ ਦੇ ਵਿੱਚ, ਇਹ ਜ਼ਰੂਰ ਕਰੋ। ਸੋ ਜੋ ਵੀ ਕਾਲ ਕਰ ਚੁੱਕੇ ਉਹ ਵੀ ਦੁਬਾਰਾ ਕਾਲ ਕਰੋ ਕਿ ਸ਼ਿਫਟ ਕਿਵੇਂ ਲਿਆਉਣਾ, ਕਿਸ ਤਰ੍ਹਾਂ ਹੋਰ ਇਸ ਤਰ੍ਹਾਂ ਸੋਚਣਾ, ਆਪਣੇ ਆਪ ਨੂੰ ਕਿਵੇਂ ਟ੍ਰੇਨ ਕਰਨਾ, ਕਿਉਂਕਿ ਪ੍ਰੈਕਟਿਸ ਹੈ। ਜਿਵੇਂ ਅਸੀਂ ਪਹਿਲੇ ਕਿਹਾ, ਐਫਰਟ ਕਰਨੀ ਪਏਗੀ, ਪ੍ਰੈਕਟਿਸ ਕਰਨੀ ਪਏਗੀ ਕੀ ਕਰਨਾ ਤਾਂ ਕਿ ਅਸੀਂ ਮੋਰ ਐਂਡ ਮੋਰ ਪੋਜ਼ਿਟਿਵ ਸੋਚੀਏ। ਇਹ ਤੁਸੀਂ ਜ਼ਰੂਰ ਕਾਲ ਕਰੋ, ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਮੈਂ ਗੁਰਦੀਪ ਬੋਲਦਾ ਜੀ। ਹਾਂਜੀ ਗੁਰਦੀਪ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ, ਦੱਸੋ ਕੀ ਕਹਿੰਦੇ ਹੋ। ਦੇਖੋ, ਬੁਰਾ ਵਕਤ ਪੁਰਾਣੇ ਕਰਮਾਂ ਨਾਲ ਵੀ ਹੋ ਸਕਦਾ, ਪਰ ਜੋ ਕਰਮ ਤੁਸੀਂ ਹੁਣ ਕਰਦੇ ਹੋ ਵਰਤਮਾਨ ਦੇ ਵਿੱਚ ਉਹਨਾਂ ਨਾਲ ਵੀ ਆਉਂਦਾ ਹੈ। ਬਾਕੀ ਜੇ ਬੁਰਾ ਵਕਤ ਆਉਂਦਾ ਤਾਂ ਵਾਹਿਗੁਰੂ ਕਰਕੇ ਨਹੀਂ ਆਉਂਦਾ, ਤੁਹਾਡੀਆਂ ਆਪਣੀਆਂ ਗਲਤੀਆਂ ਕਰਕੇ ਆਉਂਦਾ ਹੈ। ਮੇਰੇ ਨਾਲ ਇਹ ਹੋ ਚੁੱਕਿਆ। ਸੋ ਅਸੀਂ ਪੋਜ਼ਿਟਿਵ ਥਿੰਕਿੰਗ ਦੇ ਬਾਰੇ ਅੱਜ ਗੱਲ ਕਰ ਰਹੇ ਹਾਂ, ਉਹਦੇ ਬਾਰੇ ਕੀ ਕਹੋਗੇ? ਪੋਜ਼ਿਟਿਵ ਥਿੰਕਿੰਗ ਇਹ ਹੋਣੀ ਚਾਹੀਦੀ ਹੈ, ਜੇ ਬੁਰਾ ਵਕਤ ਆ ਜਾਏ ਤਾਂ ਇਹ ਹਮੇਸ਼ਾ ਪਹਿਲਾ ਸਟੈਪ ਇਹ ਸੋਚੋ ਕਿ ਅਜੇ ਕਹਾਣੀ ਦਾ ਅੰਤ ਨਹੀਂ ਹੋਇਆ। ਜੇ ਜਦੋਂ ਕਹਾਣੀ ਦਾ ਜੇ ਪ੍ਰੋਬਲਮ ਸਹੀ ਨਹੀਂ ਹੁੰਦੀ ਤਾਂ ਸਮਝੋ ਅਜੇ ਕਹਾਣੀ ਦਾ ਅੰਤ ਨਹੀਂ ਹੋਇਆ। ਪੋਜ਼ਿਟਿਵ ਰਹੋ, ਉਹਦੇ ਲਈ ਤੁਸੀਂ ਵਰਕਆਊਟ ਕਰੋ, ਉਹਦੇ ਲਈ ਕੋਈ ਕੰਮ ਕਰੋ, ਉਹਦੇ ਲਈ ਇੱਕ ਪੇਪਰ ਤੇ ਪਲਾਨ ਬਣਾ ਲਓ, ਉਹਦੇ ਮੁਤਾਬਕ ਉਸ ਪ੍ਰੋਬਲਮ ਚੋਂ ਨਿਕਲੋ ਔਰ ਨਿਕਲ ਕੇ ਪੂਰੀ ਜ਼ਿੰਦਗੀ ਉਸੇ ਪਹਿਲੇ ਵਾਲੇ ਮਾਹੌਲ ਦੇ ਵਿੱਚ ਤੁਸੀਂ ਆ ਸਕਦੇ ਹੋ। ਮੈਂ ਵੀ ਬਹੁਤ ਜ਼ਿਆਦਾ ਪੋਜ਼ਿਟਿਵ ਮਾਈਂਡਡ ਹਾਂ ਔਰ ਮੈਂ ਇੱਕ ਬੜੀ ਮੁਸ਼ਕਲ ਦੇ ਵਿੱਚ ਫਸ ਗਿਆ ਸੀ ਜ਼ਿੰਦਗੀ ਦੇ ਵਿੱਚ ਜੀ, ਪਰ ਮੈਂ ਪੋਜ਼ਿਟਿਵ ਮਾਈਂਡ ਦੇ ਜ਼ਰੀਏ ਨਿਕਲ ਗਿਆ ਉਤੋਂ। ਸੋ ਪੋਜ਼ਿਟਿਵ ਮਾਈਂਡ ਹੋਣਾ, ਹਰ ਵੇਲੇ ਇਹ ਸੋਚਣਾ ਕਿ ਅਜੇ ਕਹਾਣੀ ਦਾ ਅੰਤ ਹੋਇਆ ਹੀ ਨਹੀਂ, ਅਜੇ ਜ਼ਿੰਦਗੀ ਹੈ ਨਾ, ਮੈਂ ਮਰਿਆ ਨਹੀਂ ਨਾ, ਅਜੇ ਮੈਂ ਕਰੂੰਗਾ। ਮੈਂ ਉਹਨੂੰ ਦੁਬਾਰਾ ਇਹ ਇੱਕ ਚੀਜ਼ ਹੈ ਕਿ ਅਜੇ ਮੈਨੂੰ ਬਹੁਤ ਲੋਕਾਂ ਨੇ ਕਿਹਾ ਤੇਰਾ ਘਰ ਉਜੜ ਗਿਆ, ਤੇਰੇ ਬੱਚੇ ਤੇ ਤੋਂ ਦੂਰ ਹੋ ਗਏ, ਤੇਰਾ ਉਹ ਹੋ ਗਿਆ। ਮੈਂ ਕਿਹਾ ਅਜੇ ਕਹਾਣੀ ਦਾ ਅੰਤ ਨਹੀਂ ਹੋਇਆ, ਸਕੇ ਉਹਨਾਂ ਨੂੰ ਮੁਸਕਰਾ ਕੇ ਕਹਿਣਾ ਦੇਖੋ ਅਜੇ ਤਾਂ ਮੈਂ ਜੀਂਦਾ ਹੈ ਨਾ, ਆਈ ਐਮ ਵਰਕਿੰਗ ਔਨ ਇਟ, ਤੇ ਮੈਂ ਕਰਕੇ ਦਿਖਾ ਦਿੱਤਾ ਤੇ ਬੱਚੇ ਵੀ ਵਾਪਸ ਤੇ ਸਾਰਾ ਕੁਛ ਵਾਪਸ ਤੇ ਜ਼ਿੰਦਗੀ ਤੋਂ ਉਲਝਣ ਆ ਜਾਂਦੀ ਹੈ ਨਾ ਜ਼ਿੰਦਗੀ ਦੇ ਵਿੱਚ, ਪਰ ਉਹ ਤੁਹਾਡੀਆਂ ਗਲਤੀਆਂ ਕਰਕੇ ਆਉਂਦੀ ਹੈ। ਜੇ ਉਹ ਗਲਤੀਆਂ ਦਾ ਤੁਸੀਂ ਸੁਧਾਰ ਕਰ ਲਓ, ਪਲਾਨ ਬਣਾਓ, ਉਹਦੇ ਮੁਤਾਬਕ ਸਟੈਪ ਬਾਈ ਸਟੈਪ ਚੱਲਦੇ 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 ਤੁਸੀਂ ਉਹ ਨਿਸ਼ਾਨੇ ਨੂੰ ਪਾ ਸਕਦੇ ਹੋ। ਇਹੀ ਸਮਝਣਾ ਹਮੇਸ਼ਾ ਕਦੇ ਕਹਾਣੀ ਦਾ ਦੀ ਐਂਡ ਨਹੀਂ ਹੋਇਆ, ਅਜੇ ਮੈਂ ਜਿੰਦਾ ਹਾਂ, ਅਜੇ ਮੈਂ ਕਰ ਸਕਦਾ ਹਾਂ ਜੀ। ਥੈਂਕ ਯੂ ਸੋ ਮਚ ਗੁਰਦੀਪ ਜੀ, ਤੇ ਬਹੁਤ ਵੱਡਾ ਬੋਲਣ ਲਈ ਹੈ, ਇੰਨਾ ਟਾਈਮ ਨਹੀਂ ਤੁਹਾਡੇ ਕੋਲ, ਨਹੀਂ ਤਾਂ ਸਭ ਕੁਝ ਕਲੀਅਰ ਕਰ ਦਿਆਂਗੇ ਜੀ। ਥੈਂਕ ਯੂ ਸੋ ਮਚ ਗੁਰਦੀਪ ਜੀ। ਇਹਦੇ ਨਾਲ ਇਹ ਵੀ ਦੇਖੋ ਕਿ ਅੰਤ ਨਹੀਂ ਆਇਆ, ਮਤਲਬ ਇੱਕ ਫੇਜ਼ ਸਮਝ ਕੇ। ਇਹ ਐਟੀਟਿਊਡ ਵੀ ਜਦੋਂ ਹੁੰਦਾ ਨਾ, ਜਦੋਂ ਮਾੜਾ ਟਾਈਮ ਹੋਏ, ਔਖਾ ਟਾਈਮ ਹੋਏ, ਜਾਂ ਐਸਾ ਟਾਈਮ ਹੈ ਜਿਹੜਾ ਟਾਈਮ ਵੀ ਨਹੀਂ, ਕਈ ਵਾਰੀ ਯੂ ਨੋ ਟਾਈਮ ਸਭ ਕੁਝ ਠੀਕ ਚੱਲ ਰਿਹਾ, ਪਰ ਤੁਹਾਡੀ ਮਨ ਦੀ ਸਥਿਤੀ ਥੱਲੇ ਆਈ ਹੋਈ ਹੈ, ਟਹਿੰਦੀਆਂ ਕਲਾ ਦੇ ਵਿੱਚ ਹੈ। ਅਤੇ ਬਸ ਇਹ ਯਾਦ ਰੱਖਣਾ ਕਿ ਇਹ ਫੇਜ਼ ਹੈ, ਜਿਵੇਂ ਗੁਰਦੀਪ ਜੀ ਨੇ ਕਿਹਾ ਨਾ ਕਿ ਦਿਸ ਇਜ਼ ਨੋਟ ਦਾ ਐਂਡ। ਸੋ ਯੂ ਆਲਵੇਜ਼ ਥਿੰਕ ਓਕੇ ਫੇਜ਼ ਹੈ, ਇਹਨੇ ਖਤਮ ਹੋ ਜਾਣਾ।
ਇਹ ਟਾਈਮ ਖਤਮ ਹੋ ਜਾਏਗਾ ਔਰ ਫਿਰ ਵਧੀਆ ਆਏਗਾ। ਜਦੋਂ ਇਹ ਐਟੀਟਿਊਡ ਹੁੰਦਾ ਤੇ ਉਹ ਕਦੀ ਨਹੀਂ ਹੈ ਕਿ ਉਹ ਚੱਲਦਾ ਰਹੇਗਾ। ਔਰ ਇੱਕ ਹੋਰ ਮੈਂ ਆਬਜ਼ਰਵ ਕੀਤਾ ਜਿਸ ਤਰ੍ਹਾਂ ਇਹ ਕਹਿ ਰਹੇ ਨੇ ਕਿ ਡਿਫਰੈਂਸ ਕੀ ਹੈ ਪੈਸੀਮਿਸਟਿਕ ਔਰ ਆਪਟੀਮਿਸਟਿਕ ਦੇ ਵਿੱਚ। ਜਿਹੜਾ ਬੰਦਾ ਪੋਜ਼ਿਟਿਵ ਸੋਚਣ ਦੀ ਕੋਸ਼ਿਸ਼ ਕਰਦਾ ਹੈ ਨਾ, ਉਹ ਇੱਕ ਇੰਸੀਡੈਂਟ ਹੈ ਨਾ ਉਹਨੂੰ ਆਈਸੋਲੇਟ ਕਰਦਾ ਹੈ ਕਿ ਹਾਂਜੀ ਇੰਝ ਹੋ ਗਿਆ, ਇਸ ਤਰ੍ਹਾਂ ਮੇਰੇ ਨਾਲ ਘੜੀ ਆਈ, ਘੜੀ ਇਸ ਤਰ੍ਹਾਂ ਨਾਲ ਮਾੜੀ ਸੀ, ਉਹ ਨਿਕਲ ਗਈ ਜਾਂ ਨਹੀਂ ਵੀ ਨਿਕਲੀ ਉਸ ਦੇ ਵਿੱਚ ਵੀ ਇਹਦਾ ਕੋ ਇੰਝ ਦਾ ਮਾੜਾ ਹੋ ਗਿਆ। ਪਰ ਜਿਹੜਾ ਪੈਸੀਮਿਸਟ ਹੈ ਉਹਦਾ ਧਿਆਨ ਜਾਏਗਾ ਕਿ ਉਹਨੂੰ ਜਰਨਲਾਈਜ਼ ਕਰ ਦੇਗਾ, ਮੇਰੇ ਨਾਲ ਇੰਝ ਹੀ ਹੁੰਦਾ, ਮੇਰੀ ਕਿਸਮਤ ਹੀ ਇੰਝ ਹੈ, ਮੇਰੇ ਨਾਲ ਘੜੀ ਮੁੜੀ ਇੰਝ ਹੀ ਹੁੰਦਾ, ਉਹਨੂੰ ਕੋਮਨ ਕਰ ਦਿੰਦਾ। ਸੋ ਜਦੋਂ ਵੀ ਤੁਸੀਂ ਆਪਣੇ ਆਪ ਨੂੰ ਇਹ ਕਹਿੰਦੇ ਸੁਣੋ ਕਿ ਮੇਰੇ ਨਾਲ ਇੰਝ ਹੀ ਹੁੰਦਾ, ਬਾਰ ਬਾਰ ਕਿਉਂ ਹੁੰਦਾ, ਵਾਈ ਵਿਦ ਮੀ, ਇਹ ਸਾਰੀਆਂ ਥੋਟਸ ਜਿਹੜੀਆਂ ਨਾ ਤੁਹਾਨੂੰ ਯਾਦ ਕਰਾਉਣੀਆਂ ਚਾਹੀਦੀਆਂ ਆਪਣੇ ਆਪ ਨੂੰ ਕਿ ਮੈਂ ਸ਼ਿਫਟ ਕਰਨਾ, ਇਹ ਮੈਂ ਰਾਈਟ ਟਰੈਕ 'ਤੇ ਨਹੀਂ ਹਾਂ। ਕਿਉਂਕਿ ਉਹ ਸਾਰੀਆਂ ਜਿਹੜੀਆਂ ਬੜੀਆਂ ਵੇਸਟਫੁੱਲ ਥੋਟਸ ਹੈ, ਉਹ ਤੁਹਾਡੀਆਂ ਐਨਰਜੀ ਡਿਪਲੀਟ ਕਰਦੀਆਂ, ਤੁਹਾਡਾ ਫੋਕਸ ਨੈਗੇਟਿਵ ਵੱਲ ਲੈ ਕੇ ਜਾਂਦੀਆਂ ਔਰ ਫਿਰ ਤੁਹਾਨੂੰ ਥੱਲੇ ਥੱਲੇ ਲੈ ਕੇ ਜਾਂਦੀਆਂ। ਸੋ ਤੁਸੀਂ ਐਫਰਟ ਕਰਨੀ ਹੈ ਉਹਨਾਂ ਥੋਟਸ ਤੋਂ ਹਟਣ ਦੀ। ਔਰ ਇਹ ਹੈਗੀਆਂ ਉਹਦੀ ਪਹਿਚਾਣ, ਜਦੋਂ ਤੁਹਾਡਾ ਧਿਆਨ ਜਾ ਰਿਹਾ ਹੋਏ ਕਿ ਮੈਂ ਹੀ ਕੁਛ ਕਰ ਲੈਂਦਾ, ਮੈਂ ਹੀ ਨਹੀਂ ਕੀਤਾ, ਸੈਲਫ ਡਾਊਟ, ਫੀਅਰ, ਇਹ ਸਾਰੇ ਜਿਹੜੀਆਂ ਨਿਸ਼ਾਨੀਆਂ ਨੇ ਜਦੋਂ ਅਸੀਂ ਕਹਿੰਦੇ ਹਾਂ ਕਿ ਨਹੀਂ ਇਹ ਵਾਲੀਆਂ ਥੋਟਸ ਨਹੀਂ ਚਾਹੀਦੀਆਂ, ਮੈਨੂੰ ਇਹਨੂੰ ਦੂਜੇ ਪਾਸੇ ਲੈ ਕੇ ਜਾਣਾ, ਜ਼ਰੂਰ ਇਹਦੇ ਬਾਰੇ ਧਿਆਨ ਦੇਣਾ। ਸੋ ਲੈਟ ਸੀ ਹੋਰ ਕੀ ਕਹਿ ਰਹੇ ਨੇ। ਹੈਲੋ ਦੇਵਿੰਦਰ। ਹਾਂਜੀ ਸਤਿ ਸ਼੍ਰੀ ਅਕਾਲ। ਹੁਣੇ ਫੋਨ ਕਰਦੀ ਆ। ਹਾਂਜੀ ਰਵਿੰਦਰ ਜੀ। ਹਾਂਜੀ ਹਾਂਜੀ ਨਸੀਬ ਜੀ ਦੱਸੋ। ਹਾਂਜੀ ਸੌਰੀ, ਉਹਦੇ ਮੇਰੇ ਬੇਟੇ ਦਾ ਫੋਨ ਆਇਆ ਸੀ, ਵਿੱਚੇ ਤੁਹਾਡਾ ਹੋਲਡ ਕਰਿਆ ਸੀ। ਕੋਈ ਨਹੀਂ, ਦੱਸੋ ਦੱਸੋ। ਹਾਂ ਅਰੇ ਮੈਂ ਥੋੜਾ ਸੁਣਿਆ ਵੀ ਨੈਗੇਟਿਵ ਤੇ ਪੋਜ਼ਿਟਿਵ ਵਾਲੇ ਆਏ ਹੁੰਦਾ ਹੈ। ਹਾਂਜੀ ਵੈਸੇ ਮੇਰੀ ਕਰੀ ਗੱਲ ਨਹੀਂ, ਮੈਂ ਪੜਿਆ ਲਿਖਿਆ ਆੜ ਗਈ ਜਾਂਦੀ, ਐਂ ਸੋਚਦੇ ਜੇ ਨੈਗੇਟਿਵ ਹੁੰਦਾ ਨਾ ਜੀ, ਨੈਗੇਟਿਵ ਆਪਾਂ ਇਸ ਆਪਦੇ ਦਿਲ ਚ ਰੱਖ ਲਓ, ਭਾਵੇਂ ਦਿਲ ਚ ਰੱਖ ਲਓ, ਭਲਾ ਕਿਸੇ ਕੋਲ ਕੱਢੋ, ਇਹ 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 ਆਟੋਮੈਟਿਕ ਆਉਂਦਾ, ਇਹ ਕਿਸੇ ਦੇ ਆਖੇ ਨਹੀਂ ਆਉਂਦਾ। ਇਹ ਨੈਗੇਟਿਵ ਐਂ ਹੁੰਦਾ ਵੀ ਜਿਹੜੇ ਪੋਜ਼ਿਟਿਵ ਆਪਾਂ ਨੂੰ, ਉਹ ਤਾਂ ਆਪਾਂ ਤਾਂ ਕਹਿ ਦਈਏ ਆਹ ਹੋ ਜੇ ਆਹ ਹੋ ਜੇ, ਕਦੇ ਨਹੀਂ ਹੁੰਦਾ। ਅੱਛਾ, ਉਹ ਤਾਂ ਪ੍ਰਮਾਤਮਾ ਨੇ ਕਰਨਾ, ਜੋ ਵੀ ਕਰਨਾ ਨਾ ਆਪਣੇ ਆਖੇ ਤੋਂ। ਸੋਚ ਦੀ ਗੱਲ ਹੋ ਰਹੀ ਹੈ, ਸੋਚ ਪੋਜ਼ਿਟਿਵ ਔਰ ਨੈਗੇਟਿਵ। ਚੰਗਾ ਸੋਚਾਂਗੇ ਤਾਂ ਪ੍ਰਮਾਤਮਾ ਆਵੇ, ਬਹੁਤਾ ਕਹੀਏ ਬਹੁਤਾ ਹੁੰਦਾ, ਚੰਗਾ ਸੋਚਾਂਗੇ ਚੰਗਾ ਹੀ ਹੋਊਗਾ। ਪਰ ਕਈ ਵਾਰ ਨਾ ਕੁਦਰਤੀ ਨਾ ਅੱਜ ਕੱਲ ਦਾ ਇਹ ਸੋਚ ਜਿਹੜੀ ਆ, ਜਿਵੇਂ ਹੁਣ ਬੱਚੇ ਬਾਹਰ ਕਾਰਾਂ ਤੇ ਜਾਂਦੇ ਆ, ਆਖੇ ਦਾ ਵਾਹਿਗੁਰੂ ਨਾ, ਇਹ ਕਦੇ ਵੀ ਨੀ ਮਾੜਾ ਹੋਇਆ, ਤਾਂ ਦਿਲ ਚ ਕਦੇ ਕਦੇ ਆ ਜਾਂਦਾ ਵੀ ਸਹੀ ਹੋ ਜਾਣਾ, ਆ ਕਾਰ ਠੀਕ ਚੱਲੇ, ਆ ਹੋਵੇ, ਇਹ ਨੈਗੇਟਿਵ ਮਚੜਾ ਇਹ ਮਗਰ ਪਿਆਰ ਆ, ਇਹ ਹੋ ਜਾਂਦਾ। ਮਤਲਬ ਉਹ ਬਿਲਕੁਲ ਕੁਛ ਕਰ ਨੀ ਸਕਦੇ, ਉਹ ਫੰਕਸ਼ਨਲ ਨੀ ਰਹਿੰਦੇ, ਉਹ ਬੱਚਿਆਂ ਨੂੰ ਕਿਤੇ ਜਾਣ ਨੀ ਦਿੰਦੇ, ਆਪ ਨੀ ਜਾਂਦੇ, ਉਹ ਨੀ ਕਰਨਾ। ਜਾਓ ਮੇਰੇ ਬੱਚੇ ਆ, ਪੋਤੇ ਪੋਤੀਆਂ ਕਾਲਜ ਜਾਂਦੇ ਆ, ਕਦੇ ਨੀ ਪੁੱਛਿਆ ਜਾਂਦਾ ਉਹਨੂੰ ਕੀ ਕਰਦੇ ਆ, ਕੀ ਕਮਾਉਂਦੇ ਆ, ਕੀ ਕਰਦੇ ਆ। ਵਧੀਆ ਗੱਲ ਆ ਤੇ ਵੀ ਚੰਗਾ ਹੀ ਕਰਦੇ, ਮਾੜਾ ਨੀ ਕਰਦੇ ਬੱਚੇ ਵੀ, ਪਰਮਾਤਮਾ ਵੀ ਚੰਗਾ ਹੀ ਕਰਦਾ। ਪਰ ਨੈਗੇਟਿਵ ਕਈ ਵਾਰ ਇਹ ਜ਼ਰੂਰ ਮਾਂ ਬਾਪ ਦੇ ਆ ਜਾਂਦਾ ਵੀ ਬੱਚੇ ਧਿਆਨ ਰੱਖਣ, ਮਾੜੀ ਸੰਗਤ ਚ ਨਾ ਜਾਣ, ਗਲਤ ਨਾ ਖਾ ਪੀ ਲੈਣ, ਵੀ ਨਸ਼ਾ ਨਾ ਕਰ ਲੈਣ, ਇਹ ਤਾਂ ਮੇਰੇ ਪੋਜ਼ਿਟਿਵ ਜੀ ਹਰ ਵਕਤ ਰਹਿੰਦੀ ਹੈ ਦਿਲ ਚ। ਨਹੀਂ ਬਹੁਤ ਨੀਗਾ ਨਸੀਬ ਜੀ, ਥੈਂਕ ਯੂ ਸੋ ਮਚ, ਤੁਸੀਂ ਬਹੁਤ ਹੀ ਵਧੀਆ ਪੁਆਇੰਟ ਲੈ ਕੇ ਆਏ ਹੋ ਕਿ ਉਹ ਇਹ ਨਹੀਂ ਹੈ, ਉਹਦਾ ਮਤਲਬ ਇਹ ਨਹੀਂ ਹੈ ਕਿ ਨੈਗੇਟਿਵ ਥੋਟ ਨਾ ਆਏ। ਕਈ ਵਾਰੀ ਨੈਗੇਟਿਵ ਥੋਟ ਜ਼ਰੂਰੀ ਉਸ ਤਰ੍ਹਾਂ ਹੈ ਪਹਿਚਾਨਣ ਵਾਸਤੇ, ਸਤਰਕ ਰਹਿਣ ਵਾਸਤੇ। ਸਭ ਕੁਛ ਦਿਖਦੇ ਹੋਏ ਅਸੀਂ ਕਹੀਏ ਨਹੀਂ ਪੋਜ਼ਿਟਿਵ ਸੋਚਣਾ, ਪੋਜ਼ਿਟਿਵ ਸੋਚਣਾ, ਔਰ ਦਿਖਦੇ ਹੋਏ ਨੂੰ ਵੀ ਬਿਲਕੁਲ ਅੰਨੇ ਹੋਏ ਰਹੀਏ, ਉਹਦੀ ਮਤਲਬ ਨਹੀਂ ਹੈ ਕਿ ਪੋਜ਼ਿਟਿਵ ਥਿੰਕਿੰਗ, ਦੈਟਸ ਨੋਟ ਵਾਟ ਇਜ਼ ਪੋਜ਼ਿਟਿਵ ਥਿੰਕਿੰਗ। ਪਰ ਉਹ ਕੰਸਰਨ ਹੋਣਾ, ਇੱਕ ਸਤਰਕ ਹੋਣਾ ਕਿ ਹਾਂ ਬੱਚਾ ਠੀਕ ਰਹੇ, ਫਿਰ ਅਰਦਾਸ ਹੈ, ਉਹ ਮਾਵਾਂ ਦੀ, ਪੇਰੈਂਟਸ ਦੀ, ਹਰ ਕਿਸੇ ਦੀ, ਹਰ ਕਿਸੇ ਵੈਲਵਿਸ਼ਰ ਦੀ ਹੈ ਕਿ ਜ਼ਮਾਨਾ ਖਰਾਬ ਹੈ, ਇਹ ਨਾ ਹੋ ਜਾਵੇ। ਪਰ ਨੈਗੇਟਿਵ ਥਿੰਕਿੰਗ ਜਦੋਂ ਤੁਸੀਂ ਸੋਚੋ ਕਿ ਬੱਚਾ ਬਾਹਰ ਨਿਕਲਿਆ ਔਰ ਜਦ ਤੱਕ ਵਾਪਸ ਨਹੀਂ ਮੁੜਦਾ, ਤੁਸੀਂ ਆਪਣਾ ਕੁਛ ਕਰ ਹੀ ਨਹੀਂ ਪਾ ਰਹੇ, ਤੁਸੀਂ ਸਿਰਫ ਇਹੀ ਸੋਚੀ ਜਾ ਰਹੇ ਹੋ। ਫੀਅਰ ਜਿਹੜਾ ਡਰ ਹੈ ਉਹਨੇ ਤੁਹਾਨੂੰ ਕ੍ਰਿਪਲ ਕਰਤਾ, ਤੁਹਾਨੂੰ ਕੁਛ ਕਰਨ ਜੋਗਾ ਛੋੜਿਆ ਨਹੀਂ, ਉਹਨੂੰ ਅਸੀਂ ਕਹਿ ਰਹੇ ਹਾਂ ਨੈਗੇਟਿਵ ਥਿੰਕਿੰਗ। ਸੋ ਨੈਗੇਟਿਵ ਥਿੰਕਿੰਗ ਕਈ ਵਾਰੀ ਜ਼ਰੂਰੀ ਵੀ ਹੈ, ਉਹ ਇਹ ਨਹੀਂ ਹੈ ਕਿ ਨੈਗੇਟਿਵ ਹੈ, ਉਹ ਹੈਗੀ ਹੈ ਕੌਨਸ਼ੀਅਸ ਹੋਣਾ ਕਿ ਹਾਂ ਬਈ ਇੰਝ ਨਹੀਂ, ਉਂਝ ਜ਼ਮਾਨਾ ਇਸ ਤਰ੍ਹਾਂ ਦਾ, ਮੈਂ ਉਸ ਬੱਚੇ ਨੂੰ ਤਿਆਰ ਕਰਨਾ ਇਸ ਜ਼ਮਾਨੇ ਵਾਸਤੇ, ਉਹ ਜ਼ਰੂਰੀ ਹੈ। ਪਰ ਇਹ ਤਾਂ ਹੀ ਤਾਂ ਮੈਂ ਪਹਿਲੇ ਕਿਹਾ ਕਿ ਪੋਜ਼ਿਟਿਵ ਥਿੰਕਿੰਗ ਦਾ ਵਰਡ ਅਸੀਂ ਬੜਾ ਯੂਜ਼ ਕਰਨ ਲੱਗ ਗਿਆ, ਪੋਜ਼ਿਟਿਵ ਥਿੰਕਿੰਗ। ਬਟ ਪੋਜ਼ਿਟਿਵ ਥਿੰਕ ਦਾ ਮਤਲਬ ਕੀ? ਪੋਜ਼ਿਟਿਵ ਥਿੰਕਿੰਗ ਦਾ ਮਤਲਬ ਬਿਲਕੁਲ ਇਹ ਨਹੀਂ ਹੈ ਕਿ ਜੋ ਦਿਖ ਰਿਹਾ ਉਹ ਦਿਖੇ ਹੀ ਨਾ,
ਔਰ ਤੁਸੀਂ ਕੋ ਨਹੀਂ ਨਹੀਂ ਕੁਛ ਨਹੀਂ ਕੁਛ ਨਹੀਂ ਬਸ ਪੋਜ਼ਿਟਿਵ ਸੋਚੋ ਪੋਜ਼ਿਟਿਵ ਸੋਚੋ ਇਟਸ ਨਾਟ ਦੈਟ ਸੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਕਮ ਬੈਕ ਤੁਸੀਂ ਜ਼ਰੂਰ ਕਾਲ ਕਰੋ ਕਿ ਹੁਣ ਅਸੀਂ ਆਪਣੀ ਟ੍ਰਾਂਸਫਰ ਕਿਵੇਂ ਕਰਨੀ ਹੈ ਥੋਟ ਨੂੰ ਅਗਰ ਨੈਗੇਟਿਵ ਆ ਰਹੀ ਹੈ ਸੈਲਫ ਡਾਊਟ ਆ ਰਿਹਾ ਫੀਅਰ ਆ ਰਿਹਾ ਸਾਨੂੰ ਉਹ ਕੰਮ ਨਹੀਂ ਕਰਨ ਦੇ ਰਿਹਾ ਸਾਨੂੰ ਬੋਦਰ ਕਰ ਰਿਹਾ ਤਾਂ ਫਿਰ ਅਸੀਂ ਉਹਨੂੰ ਸ਼ਿਫਟ ਕਿਵੇਂ ਕਰਨਾ ਕਿਹੜੇ ਕਿਹੜੇ ਟੂਲਸ ਹੈ ਜਿਵੇਂ ਅਸੀਂ ਪਹਿਲੇ ਕੰਸੈਪਚੁਅਲ ਲੈਵਲ 'ਤੇ ਕਿਹਾ ਕਿ ਸਾਡਾ ਐਟੀਟਿਊਡ ਬਦਲਣਾ ਪਏਗਾ ਪਰਸੈਪਸ਼ਨ ਬਦਲਣੀ ਪਏਗੀ ਹੋਰ ਕੋਈ ਵੀ ਟਿਪਸ ਹੈਗੀਆਂ ਟੂਲਸ ਹੈਗੀਆਂ ਤਾਂ ਜ਼ਰੂਰ ਕਾਲ ਕਰੋ ਫਿਰ ਅਸੀਂ ਅੱਗੇ ਗੱਲ ਵਧਾਉਂਦੇ ਹਾਂ ਸਾਰਿਆਂ ਦਾ ਫਿਰ ਸਵਾਗਤ ਹੈ ਲੈਟਸ ਸੀ ਸਾਰੇ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਮੈਂ ਤਰਲੋਕ ਸਿੰਘ ਸਹਾਨਪੁਰਾ ਬੋਲ ਰਿਹਾ ਹਾਂਜੀ ਸਵਾਗਤ ਹੈ ਦੱਸੋ ਤਰਲੋਕ ਸਿੰਘ ਜੀ ਦੱਸੋ ਇੱਕ ਮਿੰਟ ਮੈਂ ਨਾ ਟੀਵੀ ਦੀ ਆਵਾਜ਼ ਹਲਕੀ ਕਰ ਲਾਂ ਫਿਰ ਤੁਹਾਡੇ ਨਾਲ ਗੱਲ ਕਰਦਾ ਇੱਕ ਮਿੰਟ ਕੀ ਆਵਾਜ਼ ਐਸਲ ਬੜੀ ਤੇਜ਼ ਹੈ ਸੀ ਬੜਾ ਲੱਗੀ ਦੀ ਜਿਹੜਾ ਗੁਜ਼ਾਰਿਸ਼ ਹੈ ਕਿ ਟੀਵੀ ਦੀ ਆਵਾਜ਼ ਹਲਕੀ ਕਰਕੇ ਫੋਨ ਤੇ ਸਾਰੀ ਗੱਲ ਕਰਿਆ ਕਰੋ ਹਾਂਜੀ ਦੱਸੋ ਹਾਂਜੀ ਮੇਰੀ ਟੀਵੀ ਮਿਊਟ ਹੋ ਗਿਆ ਦੱਸੋ ਇਹ ਜਿਹੜਾ ਤੁਹਾਡਾ ਸਬਜੈਕਟ ਹੈ ਨਾ ਇਹ ਬੜਾ ਇੰਟਰਸਟਿੰਗ ਹੈਗਾ ਗੱਲ ਇਦਾਂ ਕਿ ਇਹਦਾ ਜਵਾਬ ਕਿਸੇ ਕੋਲ ਨਹੀਂ ਹੈ ਓਕੇ ਰੱਬ ਕਰਦਾ ਜਾਂ ਤੁਸੀਂ ਕਰਦੇ ਹੋ ਨਹੀਂ ਨਹੀਂ ਅਸੀਂ ਪੋਜ਼ਿਟਿਵ ਥਿੰਕਿੰਗ ਦੇ ਬਾਰੇ ਗੱਲ ਕਰ ਰਹੇ ਹਾਂ ਅਸੀਂ ਰੱਬ ਕਰਮਾਂ ਬਾਰੇ ਜਾਂ ਉਹ ਨਹੀਂ ਕਰ ਰਹੇ ਡੀਰੇਲ ਨਾ ਹੋਈਏ ਟੌਪਿਕ ਤੋਂ ਕਿ ਪੋਜ਼ਿਟਿਵ ਥਿੰਕ ਜਦੋਂ ਅਸੀਂ ਕਹਿੰਦੇ ਪੋਜ਼ਿਟਿਵ ਥਿੰਕਿੰਗ ਹੋਣੀ ਚਾਹੀਦੀ ਹੈ ਅਸੀਂ ਹਾਲੇ ਤੱਕ ਇੱਥੇ ਪਹੁੰਚੇ ਹਾਂ ਡਿਸਕਸ਼ਨ 'ਚ ਕਿ ਪੋਜ਼ਿਟਿਵ ਸਾਨੂੰ ਥੋੜ੍ਹੀ ਐਫਰਟ ਕਰਨੀ ਪੈਂਦੀ ਹੈ ਨੈਗੇਟਿਵ ਆਪਣੇ ਆਪ ਹੀ ਦਿਮਾਗ 'ਚ ਆ ਜਾਂਦੀ ਫੀਅਰ ਕਰਕੇ ਯੂ ਨੋ ਹੋਰ ਚੀਜ਼ਾਂ ਕਰਕੇ ਹੁਣ ਪੋਜ਼ਿਟਿਵ ਕਰਨੀ ਕਿਵੇਂ ਹੈ ਸੋਚ ਸੋਚ ਅਗਰ ਥੱਲੇ ਜਾ ਰਹੀ ਹੋਏ ਤਾਂ ਆਪਣੇ ਆਪ ਨੂੰ ਮੂਵ ਕਿਵੇਂ ਕਰਨਾ ਹੈ ਹਾਂ ਉਹਦੇ ਬਾਰੇ ਮੈਂ ਹੀ ਕਹਾਂਗਾ ਜੀ ਪੋਜ਼ਿਟਿਵ ਥਿੰਕਿੰਗ ਜਿਹੜੀ ਹੈ ਨਾ ਉਹ ਤੁਹਾਡੇ ਮਾਈਂਡ ਨੂੰ ਚੇਂਜ ਕਰ ਦਿੰਦੀ ਹੈ ਮੈਂ ਹੁਣੇ ਇੱਕ ਬੁੱਕ ਪੜ੍ਹ ਰਿਹਾ ਸੀਗਾ ਜਾਂ ਤੁਹਾਡਾ ਆ ਰਿਹਾ ਸੀਗਾ ਹਾਊ ਟੂ ਮੋਡੀਫਾਈ ਯੋਰ ਬ੍ਰੇਨ ਓਕੇ ਉਹ ਬੁੱਕ ਕਿਸੇ ਨੇ ਲਿਖੀ ਹੈ ਤੇ ਮੈਂ ਉਹਦਾ ਚੈਪਟਰ ਸੈਕੰਡ ਪੜ੍ਹ ਰਿਹਾ ਸੀ ਠੀਕ ਹੈ ਉਹਦੇ 'ਚ ਉਹਨੇ ਇਹੀ ਗੱਲ ਲਿਖੀ ਹੈ ਕਿ ਵਾਂਸ ਯੂ ਸਟਾਰਟ ਡੂਇੰਗ ਦੀ ਐਫਰਟਸ ਜਿਹੜੇ ਤੁਹਾਡੇ ਨਿਊਰੋਨਸ ਹੈ ਉਹ ਚੇਂਜ ਹੋ ਜਾਂਦੇ ਆ ਬ੍ਰੇਨ ਦੇ ਬਿਲਕੁਲ ਬ੍ਰੇਨ ਇਜ਼ ਨਾਟ ਦ ਵੇ ਵੈਨ ਯੂ ਆਰ ਬੋਰਨ ਰਾਈਟ ਇਟ ਹੈਜ਼ ਅ ਚੇਂਜ ਇਟ ਇਜ਼ ਫਲੂਇਡ ਇਟ ਇਜ਼ ਪਲਾਸਟਿਸਿਟੀ ਐਂਡ ਇਟ ਕੀਪਸ ਚੇਂਜਿੰਗ ਵਿਦ ਯੂਅਰ ਥੌਟਸ ਸੋ ਉਹੀ ਚੀਜ਼ ਹੈਗੀ ਆ ਕਿ ਜਦ ਤੁਸੀਂ ਪੋਜ਼ਿਟਿਵ ਥਿੰਕ ਕਰਦੇ ਹੋ ਤਾਂ ਦੀ ਮਾਈਂਡ ਚੇਂਜਸ ਐਬਸੋਲੂਟਲੀ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਹੈਗਾ ਕਿ ਮੇਰਾ ਮਾਈਂਡ ਚੇਂਜ ਹੋਇਆ ਉਸੇ ਨਾਲ ਕਿ ਮੈਂ ਉਸ ਚੀਜ਼ ਨੂੰ ਸੋਚਦਾ ਰਿਹਾ it took 7 years to change but it did affect it so gal ohi hoya ke positive thinking mo na kehna nahi bandi gal right bilkul it has to be your internal desire agar tohadi internal desire hai ki main karna te oh kahani hai jehdi god help those who help themselves absolutely if tusi aap karoge te fir oh vi help karega so it's a two way street ਥੈਂਕ ਯੂ ਸੋ ਮਚ ਰੀਅਲੀ ਐਪਰੀਸ਼ੀਏਟ ਦੈਟ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਨਿਊਰੋਨਸ ਚੇਂਜ ਹੁੰਦੇ ਆ ਐਂਡੋਫਿਨਸ ਜਿਹੜੇ ਫੀਲ ਗੁੱਡ ਜਿਹੜਾ ਅਸੀਂ ਕਹਿੰਦੇ ਨਾ ਕਿ ਇਟਸ ਇਨਜ਼ਾਈਮ ਕਿ ਹਾਂ ਯੂ ਫੀਲ ਗੁੱਡ ਜਦੋਂ ਤੁਸੀਂ ਇੱਕ ਪੋਜ਼ਿਟਿਵ ਡਿਸਾਈਡ ਕਰ ਲਿਆ ਨਾ ਮੈਂ ਖੁਸ਼ ਰਹਿਣਾ ਅਤੇ ਉਹੀ ਭਾਵੇਂ 7 ਸਾਲ ਲੱਗਣ 7 ਦਿਨ ਲੱਗਣ ਬਟ ਯੂ ਹੈਵ ਟੂ ਮੇਕ ਐਨ ਐਫਰਟ ਐਂਡ ਯੂ ਹੈਵ ਟੂ ਚੂਜ਼ ਮੈਂ ਚੂਜ਼ ਕਰ ਰਹੀ ਹਾਂ ਕਿ ਹਾਂ ਮੈਂ ਇਹਨੂੰ ਪੋਜ਼ਿਟਿਵ ਵੱਲ ਲੈ ਕੇ ਜਾਣਾ ਮੈਂ ਜਿਵੇਂ ਸੁਦਰਸ਼ਨ ਜੀ ਕਹਿੰਦੇ ਮੈਂ ਰਿਫਿਊਜ਼ ਕਰ ਰਹੀ ਹਾਂ ਕਿ ਮੈਂ ਉਹਦੇ ਨਾਲ ਹੀ ਥੱਲੇ ਯੂ ਨੋ ਆਪਣੀ ਸਪਿਰਿਟਸ ਨੂੰ ਲੋ ਕਰ ਲੈਣਾ ਆਈ ਰਿਫਿਊਜ਼ ਦੈਟ ਆਈ ਵਿਲ ਮੇਕ ਐਨ ਐਫਰਟ ਐਫਰਟ ਕਿੰਨੀ ਕੁ ਵਾਰ ਵਾਰ ਕਈ ਵਾਰੀ ਕਰਨੀ ਪੈਂਦੀ ਹੈ ਸੋ ਇਹ ਮਸਲ ਹੈ ਜਿਸ ਤਰ੍ਹਾਂ ਅਸੀਂ ਹੋਰ ਐਕਸਰਸਾਈਜ਼ ਕਰਦੇ ਹਾਂ ਨਾ ਪ੍ਰੈਕਟਿਸ ਕਰਨੀ ਪਏਗੀ ਕਿਸੇ ਨੂੰ ਥੋੜ੍ਹੀ ਜ਼ਿਆਦਾ ਕਿਸੇ ਨੂੰ ਘੱਟ ਪਰ ਉਹ ਪ੍ਰੈਕਟਿਸ ਕਰਨੀ ਪਏਗੀ ਕਿ ਬਾਰ ਬਾਰ ਉਸ ਚੀਜ਼ ਨੂੰ ਕਿ ਤੁਸੀਂ ਸਬਸਟੀਟਿਊਟ ਕਰੋ ਆਪਣੇ ਨੈਗੇਟਿਵ ਥੋਟਸ ਨੂੰ ਜਿਵੇਂ ਹੀ ਨੈਗੇਟਿਵ ਥੋਟਸ ਹੁੰਦੇ ਆ ਪਹਿਲੀ ਚੀਜ਼ 'ਤੇ ਹੈ ਕਿ ਵਾਚ ਕਰੋ ਆਪਣੇ ਆਪ ਦੇ ਕਹਿੰਦੇ ਨਾ ਉਹ ਬਣ ਜਾਓ ਪੁਲਸੀਏ ਬਣ ਜਾਓ ਕੋਪ ਬਣ ਜਾਓ ਕਿ ਹਾਂ ਮੈਂ ਇਸ ਵੇਲੇ ਨੈਗੇਟਿਵ ਸੋਚ ਰਿਹਾ ਸੋਚ ਰਹੀ ਹਾਂ ਉਹਨੂੰ ਨਹੀਂ ਮੈਂ ਇਸ ਪਾਸੇ ਨਹੀਂ ਜਾਣਾ ਇਹਨੂੰ ਮੈਂ ਸਬਸਟੀਟਿਊਟ ਕਰਨਾ ਮੈਂ ਇਸ ਚੀਜ਼ ਨੂੰ ਭਰਨਾ ਪੋਜ਼ਿਟਿਵਿਟੀ ਨਾਲ ਲੈਟ ਮੀ ਸੀ ਕਿ ਇਹਦੇ 'ਚ ਪੋਜ਼ਿਟਿਵ ਕੀ ਹੈ ਐਂਡ ਫਿਰ ਯੂ ਨੋ ਆਪਣੀ ਮਨ ਨੂੰ ਜੇ ਉਹ ਜ਼ਿਆਦਾ ਤੰਗ ਕਰੀਏ ਔਰ ਜਿਹੜਾ ਵੇਲੇ ਕੁਵੇਲੇ ਇੱਕ ਵਾਰ ਨੈਗੇਟਿਵ ਆਉਂਦਾ ਇਹੀ ਫਰਕ ਹੈ ਕਿ ਤੁਸੀਂ ਡੀਲ ਕਿਵੇਂ ਕਰਨਾ ਆਪਣੀ ਸਕਿੱਲ ਇੰਪਰੂਵ ਕਰ ਦਿਓ ਜਿਵੇਂ ਕ੍ਰਿਟੀਕ ਹੋਣਾ ਕਿ ਹਾਂ ਮੈਂ ਇੰਝ ਹੋ ਗਿਆ ਮੈਂ ਕਿਉਂ ਕਰ ਲਿਆ ਉਸ ਤੋਂ ਬਾਹਰ ਨਿਕਲਣਾ ਅਤੇ ਸਿੱਧਾ ਕਿ ਅੱਛਾ ਠੀਕ ਹੈ ਮੇਰੇ ਤੋਂ ਇਹ ਚੀਜ਼ ਨਹੀਂ ਹੋ ਰਹੀ ਕੀ ਮੈਂ ਸਕਿੱਲ ਇੰਪਰੂਵ ਕਰ ਸਕਦਾ ਆਪਣੀ ਕੀ ਕਰ ਸਕਦਾ ਮੈਂ ਸਕਿੱਲ ਕੀ ਮੈਂ ਲਰਨ ਕਰ ਸਕਦਾ ਜੇ ਮੇਰੇ ਵੱਸਦਾ ਹੀ ਨਹੀਂ ਹੈ ਕੋਈ ਗੱਲ ਨਹੀਂ ਮੇਰੇ 'ਚ ਇਹ ਬੜਾ ਕੁਛ ਹੈ ਸ਼ਾਇਦ ਮੈਂ ਇਹ ਘੁਮਾ ਕੇ ਮੈਂ ਉੱਥੇ ਹੀ ਰਿਜ਼ਲਟਸ ਮਿਲ ਜਾਣਗੇ ਮੈਨੂੰ ਸੋ
ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਵੀ ਤੁਸੀਂ ਸੈਲਫ ਇਸਟੀਮ ਉੱਪਰ ਕਰਨੀ ਹੈ। ਅਸੀਂ ਦੂਜਿਆਂ 'ਚ ਤਾਂ ਬੜੇ ਆਸਾਨੀ ਨਾਲ ਕਰਦੇ ਹਾਂ, ਪਰ ਸੈਲਫ ਡਾਊਟ ਸਾਨੂੰ ਬੜੀ ਵਾਰੀ ਜਿਹੜਾ ਹੈ ਨੈਗੇਟਿਵ ਥਿੰਕਿੰਗ ਵੱਲ ਲੈ ਕੇ ਜਾਂਦਾ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਮੈਂ ਦੁਬਾਰਾ ਗੁਰਦੀਪ ਆਇਆ ਜੀ। ਹਾਂਜੀ, ਕੁਇਕਲੀ ਦੱਸੋ ਕੀ ਕਹਿੰਦੇ ਹੋ। ਇਹੀ ਕਹਿੰਦਾ ਕਿ ਜਿੱਦਾਂ ਐਗਜ਼ਾਮਪਲ, ਫਾਰ ਐਗਜ਼ਾਮਪਲ, ਤੁਹਾਡਾ ਵੇਟ ਲੂਜ਼ ਕਰਨਾ ਜਾਂ ਬੋਡੀ ਤੁਸੀਂ ਵਧੀਆ ਬਣਾਉਣੀ ਆ ਤਾਂ ਤੁਹਾਡਾ ਪਹਿਲਾਂ ਉਹਦਾ ਨਿਸ਼ਾਨਾ ਹੋਣਾ ਚਾਹੀਦਾ ਕਿਸੇ ਵੀ ਚੀਜ਼ ਨੂੰ ਪਾਉਣ ਲਈ। ਜ਼ਰੂਰੀ ਨਹੀਂ ਕਿ ਬੁਰਾ ਵਕਤ ਹੀ ਆਵੇ, ਏਦਾਂ ਦੇ ਵੀ ਹੋ ਸਕਦਾ ਆ। ਤੇ ਉਹਦੇ ਲਈ ਫਿਰ ਦ੍ਰਿੜ ਨਿਸ਼ਚੈ ਕਰ, ਆਪਣੀ ਜਿੱਤ ਦਿਮਾਗ ਦੇ ਵਿੱਚ ਰੱਖਣੀ ਆ ਤੇ ਲਗਾਤਾਰ ਤਰਦਾ ਹੋਣਾ ਜ਼ਰੂਰੀ ਆ। ਫਿਰ ਤੁਸੀਂ ਕਿਸੇ ਚੀਜ਼ ਨਾਲ, ਮੈਂ ਜਿਮ ਜਾਂਦਾ ਫਾਰ ਐਗਜ਼ਾਮਪਲ, ਮੈਂ ਕਦੇ ਜੇ ਮੇਰਾ ਕੋਈ ਵੀ ਕੰਮ ਹੋਵੇ ਮੈਂ ਉਹਨੂੰ ਸੈਕਿੰਡ ਪ੍ਰਾਇਓਰਟੀ ਦਿੰਦਾ। ਮੈਂ ਆਪਣੇ ਜਿਮ ਨੂੰ ਪਹਿਲੀ, ਮੇਰਾ ਨਿਸ਼ਾਨਾ ਆ ਕਿ ਮੈਂ ਇਹ ਬੋਡੀ ਵਧੀਆ ਆਪਣੀ ਬਣਾਉਣੀ ਆ, ਆਪਣੀ ਸਿਹਤ ਵਧੀਆ ਰੱਖਣੀ ਆ। ਸੋ ਇਹਦੇ ਲਈ ਤੁਹਾਨੂੰ ਤਿੰਨ ਚੀਜ਼ਾਂ, ਨਿਸ਼ਾਨਾ, ਦ੍ਰਿੜ ਨਿਸ਼ਚੈ, ਲਗਾਤਾਰ ਆਉਣਾ ਜ਼ਰੂਰੀ ਆ। ਕਿਸੇ ਵੀ ਕੋਈ ਵੀ ਪ੍ਰੋਬਲਮ ਆਵੇ ਤਿੰਨੇ ਚੀਜ਼ਾਂ ਕਾਮਯਾਬ ਆ। ਬਹੁਤ ਵਧੀਆ, ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਬਿਲਕੁਲ ਸਹੀ ਇਹ ਕਹਿ ਰਹੇ ਨੇ ਕਿ ਟਾਰਗੇਟ ਕਲੀਅਰ ਹੋਏ, ਔਰ ਇਸ ਵੇਲੇ ਸਾਡਾ ਟਾਰਗੇਟ ਅੱਜ ਦੇ ਜਿਹੜੀ ਡਿਸਕਸ਼ਨ ਹੈ ਪੋਜ਼ਿਟਿਵ ਥਿੰਕਿੰਗ ਹੈ। ਸੋ ਜੇ ਮੈਂ ਸੋਚਾਂਗੀ ਮੈਂ ਪੋਜ਼ਿਟਿਵ ਥਿੰਕਿੰਗ, ਮੈਂ ਹੈਪੀ ਹੋਣਾ, ਬਿਕੋਜ਼ ਪੋਜ਼ਿਟਿਵ ਥਿੰਕਿੰਗ ਬ੍ਰਿੰਗਸ ਹੈਪੀਨੈਸ। ਸੋ ਮੈਂ ਯੂ ਨੋ ਹੋਣਾ ਹੀ ਹੈ, ਡਿਸਾਈਡ ਕਰ ਲਿਆ, ਜਿਵੇਂ ਅਸੀਂ ਪਹਿਲੇ ਕਹਿ ਰਹੇ ਹਾਂ, ਡਿਸਾਈਡ ਕਰ ਲਿਆ ਮੈਂ ਖੁਸ਼ ਹੋਣਾ, ਫਿਰ ਉਹਦੇ ਵਾਸਤੇ ਕੀ ਕਰਨਾ ਉਹ ਤੁਸੀਂ ਕਰਨਾ ਹੀ ਕਰਨਾ। ਯੂ ਨੋ ਪ੍ਰਾਇਰਟੀ ਆਪਣੀ ਬਿਲਕੁਲ ਕਲੀਅਰ ਹੈ ਕਿ ਹਾਂ ਦਿਸ ਇਜ਼ ਮਾਈ ਗੋਲ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਮੈਂ ਸਵਰਨਜੀਤ ਬੋਲਦੀ ਹਾਂ ਜੀ। ਹਾਂਜੀ, ਸਵਾਗਤ ਹੈ ਸਵਰਨਜੀਤ ਜੀ। ਹਾਂਜੀ, ਟੌਪਿਕ ਬਹੁਤ ਵਧੀਆ ਚੱਲ ਰਿਹਾ ਜੀ। ਜੀ ਦੱਸੋ, ਨੈਗੇਟਿਵ ਪੋਜ਼ਿਟਿਵ ਥਾਟ ਚੱਲਦੇ ਰਹਿੰਦੇ ਨੇ ਜੀ। ਦੇਖੋ, ਜਦੋਂ ਜਿਹੜੇ ਨੈਗੇਟਿਵ ਥਾਟ ਹੈ, ਅਸੀਂ ਇਹ ਨਹੀਂ ਸੋਚਦੇ ਕਿ ਸਿਰਫ ਅਸੀਂ ਨੈਗੇਟਿਵ ਥਾਟ ਕਰ ਲੈ ਕੇ ਆਉਂਦੇ ਹਾਂ, ਸਾਡੀ ਹੈਲਥ ਤੇ ਕਿੰਨਾ ਫਰਕ ਪੈਂਦਾ ਉਹਨਾਂ ਚੀਜ਼ਾਂ ਦਾ। ਮੈਂ ਬੜੀ ਸ਼ੋਰਟਲੀ ਤੁਹਾਨੂੰ ਇਹ ਗੱਲ ਕਲੀਅਰ ਕਰਾਂਗੀ ਕਿ ਜਿਹੜੇ ਪੋਜ਼ਿਟਿਵ ਥਾਟ ਨੇ, ਫਸਟ ਆਫ ਆਲ ਤਾਂ ਜਿਹੜੇ ਸਾਡੇ ਉਹ ਫਰੈਂਡਲੀ ਸਰਕਲ ਹੈ, ਉਹ ਰਿਲੇਟਿਵਸ ਨੇ, ਜਿਨ੍ਹਾਂ ਕਰਕੇ ਸਾਨੂੰ ਪ੍ਰੋਬਲਮਸ ਆਉਂਦੀਆਂ ਨੇ, ਉਹਨਾਂ ਨੂੰ ਤੁਸੀਂ ਆਪਣੀ ਲਾਈਫ 'ਚੋਂ ਆਊਟ ਕਰ ਦਿਓ। ਕਿਉਂਕਿ ਛੋਟੀਆਂ ਛੋਟੀਆਂ ਗੱਲਾਂ ਫੋਨ ਤੇ ਕੀਤੀ ਜੀ, ਉਹਨੇ ਆਹ ਕਿਹਾ ਸੀ, ਆਹ ਕੀਤਾ, ਅਸੀਂ ਉਧਰ ਕ੍ਰਿਟਿਸਿਜ਼ਮ ਸਾਰਾ ਦਿਨ ਹੀ ਕਰਦੇ ਰਹਿੰਦੇ ਹਾਂ, ਸਾਨੂੰ ਉਸ ਨੂੰ ਆਊਟ ਕਰ ਦੇਣਾ ਚਾਹੀਦਾ ਜੀ। ਦੂਸਰਾ ਹੈਗਾ ਵੀ ਅਸੀਂ ਇੱਕ ਦਿਨ ਦੇ ਵਿੱਚ ਜੇ ਸੋਚੀਏ ਵੀ ਅਸੀਂ ਅੱਜ ਜੇ ਕਿਸੇ ਨਾ ਕੋਈ ਅਸੀਂ ਗਲਤੀ ਕੀਤੀ ਵੀ ਹੁੰਦੀ ਹੈ, ਕਿਸੇ ਨੂੰ ਅਸੀਂ ਕੋਈ ਗੱਲ ਕਹੀ ਹੈ, ਪਰ ਮੇਰੀ ਆਪਣੀ ਸੋਚ ਹੈ ਜੀ, ਮੈਂ ਰਿਅਲਾਈਜ਼ ਕਰਦੀ ਹਾਂ ਵੀ ਨਹੀਂ, ਉਹਨਾਂ ਨੇ ਇੰਨੀ ਕੁ ਗੱਲ ਕਹੀ ਤੇ ਮੈਂ ਇੰਨੀ ਵੱਡੀ ਗੱਲ ਦਾ ਆਨਸਰ ਕਿਉਂ ਕੀਤਾ, ਮੈਨੂੰ ਨਹੀਂ ਸੀ ਕਰਨਾ ਚਾਹੀਦਾ। ਓਕੇ, ਮੈਂ ਆਪਣੇ ਆਪ 'ਚ ਵੀ ਸੌਰੀ ਫੀਲ ਕਰਦੀ ਹਾਂ ਤੇ ਪਰਸਨ ਨੂੰ ਫੋਨ ਕਰਕੇ ਵੀ ਸੌਰੀ ਫੀਲ ਕਰ ਦਿੰਦੀ ਹਾਂ। ਦੂਸਰਾ ਫਿਰ ਜਿੰਨਾ ਸਾਡੇ ਰਿਲੇਸ਼ਨ ਹੀ ਨਹੀਂ, ਜਿਸ ਤਰ੍ਹਾਂ ਮੈਂ ਆਪਣਾ ਬਣਾਇਆ ਹੋਇਆ ਇਸ ਤਰ੍ਹਾਂ ਕਿ ਦੇਖੋ ਆਪਣੇ ਰਿਲੇਸ਼ਨ ਦੇ ਵਿੱਚ ਜੇਕਰ ਕੋਈ ਹੋ ਜੀ, ਭਾਬੀ ਤੁਹਾਡੀ ਨੇ ਆਹ ਕਹਿਤਾ, ਚਾਚੀ ਨੇ ਆਹ ਕਹਿਤਾ, ਤਾਈ ਨੇ ਆਹ ਕਹਿਤਾ ਤੁਹਾਨੂੰ, ਮਾਮੀ ਨੇ ਆਹ ਕਿਹਾ, ਫੁੱਫੜ ਤੇ ਤੁਹਾਡਾ ਜੀਜਾ, ਪੰਜ ਛੇ ਰਿਲੇਸ਼ਨ ਰਿਲੇਸ਼ਨ ਹੈ ਨਾ, ਕਿਉਂਕਿ ਸਾਡੇ ਨਾਲ ਕੋਈ ਬਲੱਡ ਰਿਲੇਸ਼ਨ ਨਹੀਂ ਹੈਗਾ। ਅਗਰ ਤਾਂ ਸਾਡੇ ਨਾਲ ਕੋਈ ਚੰਗੀ ਤਰ੍ਹਾਂ ਚੱਲ ਰਿਹਾ ਤਾਂ ਸਾਨੂੰ ਵੀ ਉਸ ਤਰ੍ਹਾਂ ਚੱਲਣਾ ਚਾਹੀਦਾ। ਅਗਰ ਸਾਨੂੰ ਲੱਗਦਾ ਵੀ ਨਹੀਂ ਉਹ ਕੋਈ ਗਲਤ ਹੈ ਤਾਂ ਇਟਸ ਓਕੇ, ਰਿਲੇਸ਼ਨ 'ਚ ਦੁਨੀਆਦਾਰੀ 'ਚ ਸਾਨੂੰ ਚੱਲਣਾ ਚਾਹੀਦਾ, ਪਰ ਸਾਨੂੰ ਉਹਨਾਂ ਨੂੰ ਇੰਨਾ ਨਹੀਂ ਲੈਣਾ ਚਾਹੀਦਾ ਸੀਰੀਅਸ, ਕਿਉਂਕਿ ਸਾਡਾ ਉਹਨਾਂ ਨਾਲ ਕੋਈ ਬਲੱਡ ਰਿਲੇਸ਼ਨ ਨਹੀਂ ਹੈ, ਅਸੀਂ ਉਹਨਾਂ ਤੋਂ ਇੰਨੀ ਹੋਪ ਕਿਉਂ ਕਰਦੇ ਹਾਂ, ਅਸੀਂ ਵੀ ਉਹਨਾਂ ਰਿਲੇਸ਼ਨ ਦੇ ਵਿੱਚ ਹੀ ਨਿਭਦੇ ਹਾਂ। ਸੋ ਸਾਨੂੰ ਜ਼ਿੰਦਗੀ ਦੇ ਵਿੱਚ ਰਿਲੇਸ਼ਨ ਦੇ ਵਿੱਚ ਜਦੋਂ ਅਸੀਂ ਆਪਣੇ ਆਪ ਨੂੰ ਲੀਨੀਅਟਨੈਸ ਲੈ ਕੇ ਆਉਣੇ ਹਾਂ, ਅਸੀਂ ਆਪਣੇ ਆਪ ਨੂੰ ਕਾਈਂਡਨੈਸ ਪਿਆਰ ਦੇ ਨਾਲ ਚੱਲਦੇ ਹਾਂ, ਤਾਂ ਮੈਨੂੰ ਲੱਗਦਾ ਵੀ ਤੁਹਾਡਾ ਜਿਹੜਾ ਸਟ੍ਰੈਸ ਹੈਗਾ ਜਾਂ ਤੁਹਾਡੇ ਨੈਗੇਟਿਵ ਥੋਟ ਚਲੀ ਜਾਂਦੀ ਹੈ ਔਰ ਪੋਜ਼ਿਟਿਵ ਥੋਟ ਆ ਜਾਂਦੀ ਹੈ। ਥੈਂਕ ਯੂ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ। ਸੋ ਬੇਸਿਕਲੀ ਕਹਿਣ ਦਾ ਭਾਵ ਹੈ, ਭਾਵੇਂ ਰਿਲੇਟਿਵਸ ਲਿਆ ਰਹੇ ਨੇ, ਭਾਵੇਂ ਕੋਈ ਹੋਰ ਚੀਜ਼ ਲਿਆ ਰਹੀ ਹੈ, ਫਰੈਂਡਸ ਲਿਆ ਰਹੇ ਨੇ, ਕ੍ਰਿਟਿਸਿਜ਼ਮ ਬਾਹਰੋਂ ਆ ਰਿਹਾ, ਜਾਂ ਇਹ ਜਿਹੜਾ ਗੋਸਿਪ ਹੈ ਉਹ ਦੁਸ਼ਮਣ ਹੈ ਪੋਜ਼ਿਟਿਵ ਥਿੰਕਿੰਗ ਦਾ, ਕਿ ਉਹਨੇ ਇਹ ਕਿਹਾ ਫਿਰ ਅੱਗੋਂ ਕੁਛ ਹੋਦਾ, ਫਿਰ ਸੈਂਸਿਟਿਵਿਟੀ ਉਹਨੇ ਇੰਝ ਕਿਉਂ ਕਹਿਤਾ, ਉਹ ਸਾਰੀ ਤੋਂ ਹਟੋ, ਯੂ ਨੋ ਉਸ ਤੋਂ ਦੂਰ ਹੋਵੋ। ਪੋਜ਼ਿਟਿਵ ਥਿੰਕਿੰਗ ਦਾ ਇੱਕ ਇਹ ਬੜਾ ਜ਼ਰੂਰੀ ਯੂ ਨੋ ਇੱਕ ਪ੍ਰੀ ਰਿਕੁਇਜ਼ਿਟ ਹੈ। ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਡੋਂਟ ਗੋ ਐਨੀਵੇਅਰ। ਸਾਰਿਆਂ ਦਾ ਫਿਰ ਸਵਾਗਤ ਹੈ। ਸੁਧਰ ਜਿਹੜੇ ਸਵਰਨਜੀਤ ਜੀ ਨੇ ਹੁਣੇ ਜਿਹੜੇ ਬ੍ਰੇਕ ਤੋਂ ਪਹਿਲੇ ਕਹਿ ਰਹੇ ਸੀ, ਜ਼ਰੂਰ ਮੈਂ ਹਾਈਲਾਈਟ ਕਰਦਾ ਉਹਨਾਂ ਦਾ ਬਹੁਤ ਵਧੀਆ ਪੁਆਇੰਟ ਕਿ ਫੋਰਗਿਵਨੈਸ ਦੈਟ ਰੀਅਲੀ ਹੈਲਪਸ ਯੂਅਰ ਮਾਈਂਡਸੈਟ ਟੂ ਬੀ ਪੋਜ਼ਿਟਿਵ। ਭਾਵੇਂ ਉਹ ਫੋਰਗਿਵਨੈਸ ਹੈਗੀ ਆ ਆਪਣੇ ਵਾਸਤੇ ਕਿ ਮੇਰੇ ਤੋਂ ਗਲਤੀ ਹੋ ਗਈ, ਅਸੀਂ ਕਈ ਵਾਰੀ ਆਪ ਗਲਤੀ ਕਰਕੇ ਉਹਦੇ 'ਚ ਹੀ ਹੋਏ ਰਹਿੰਦੇ ਹਾਂ, ਹਾਏ ਮੈਂ ਇੰਝ ਕਿਉਂ ਕਰਤਾ, ਹਾਏ ਮੈਂ ਇੰਝ ਕਿਉਂ ਕਰਤਾ, ਮੈਂ ਇੰਨੀ ਮਾੜੀ ਹਾਂ, ਉਹ ਵੀ ਨਹੀਂ ਕਰਨਾ, ਅਤੇ ਦੂਸਰੇ ਤੋਂ ਅਗਰ ਹੋਈ ਹੈ ਤਾਂ ਉਹਨੂੰ ਵੀ ਮਾਫ਼ ਕਰਨਾ, ਭਾਵੇਂ ਉਹ ਕਾਲ ਕਰਕੇ ਸਪੈਸ਼ਲੀ ਉਹਨੂੰ ਕਹੋ ਅਤੇ ਭਾਵੇਂ ਆਪਣੇ ਆਪ ਨੂੰ ਕਿਸੇ ਤਰ੍ਹਾਂ ਕਹਾ ਕੇ ਉੱਥੋਂ ਨਿਕਲਣਾ ਬੜਾ ਜ਼ਰੂਰੀ ਹੈ। ਇਹ ਪੋਜ਼ਿਟਿਵਿਟੀ ਵਾਸਤੇ ਬੜਾ ਇੰਪੋਰਟੈਂਟ ਹੈ, ਫੋਰਗਿਵਨੈਸ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਹਾਂਜੀ ਸੁਦਰਸ਼ਨ ਜੀ। ਹਾਂਜੀ, ਮੈਂ ਕਹਿੰਦੀ ਹਾਂ ਜੀ
ਨੈਗੇਟਿਵ ਥੋਟ ਜਿਸ ਤਰ੍ਹਾਂ ਤੁਹਾਡੇ ਆ ਰਹੇ ਹੁੰਦੇ ਨੇ, ਨੈਚੁਰਲ ਹੈ, ਇਨਸਾਨ ਹੈਗੇ ਆ, ਬਿਲਕੁਲ ਕਿਸੇ ਦੇ ਬਾਰੇ ਸੋਚਣੇ ਆ, ਅਗਰ ਕੋਈ ਮੈਂ ਚੀਜ਼ ਨੈਗੇਟਿਵ ਸੋਚ ਰਹੀ ਹਾਂ ਤੇ ਮੈਂ ਫਟਾਫਟ ਉੱਥੋਂ ਉੱਠ ਜਾਂਦੀ ਹਾਂ ਅਰਵਿੰਦ ਜੀ, ਮੈਂ ਆਪਣਾ ਦਿਮਾਗ ਜਿਹੜਾ ਦੂਸਰੇ ਪਾਸੇ ਲਗਾ ਦਿੰਦੀ ਹਾਂ, ਮੈਂ ਕੁਛ ਪੜ੍ਹਨ ਲੱਗ ਜਾਂਦੀ ਹਾਂ, ਕੁਛ ਹੋਰ ਸੋਚਣ ਲੱਗ ਜਾਂਦੀ ਹਾਂ, ਆਪਣੇ ਮਨ ਨੂੰ ਕਹਿ ਦਿੰਦੀ ਹਾਂ ਪਰੇ ਹੱਟ, ਛੋੜੋ ਪਰੇ, ਕੀ ਕੀ ਲੈਣਾ, ਕੀ ਸੋਚਣਾ। ਸੋ ਅਗਰ ਕੋਈ ਮੇਰੇ ਸਾਹਮਣੇ ਬੁਰਾਈ ਕਰ ਰਿਹਾ, ਫਰਜ਼ ਕਰ ਲਓ ਕਿਸੇ ਦੀ ਵੀ, ਉਹਦੇ 'ਚ ਇਹ ਹੈ, ਉਹਦੇ 'ਚ ਇਹ ਕਮੀ, ਉਹਦੇ 'ਚ ਇਹ ਕਮੀ ਹੈ, ਤੇ ਮੇਰੀ ਪਹਿਲਾ ਸੈਂਟੈਂਸ ਹੁੰਦਾ ਵੀ ਯਾਰ ਉਹਦੀ ਅੱਛਾਈ ਵੀ ਬੜੀ ਹੈ, ਉਹਦੀ ਇਹ ਗੱਲ ਬਹੁਤ ਅੱਛੀ ਹੈ, ਮੈਨੂੰ ਨੈਗੇਟਿਵਿਟੀ ਆਉਂਦੀ ਹੀ ਨਹੀਂ ਹੈ। ਸੋ ਨੈਗੇਟਿਵਿਟੀ ਨੂੰ ਤੁਸੀਂ ਦੂਜੇ ਪਾਸੇ ਲੈ ਜਾਓ, ਬਹੁਤ ਉਹਨੂੰ ਹਟਾ ਦਿਓ, ਤੁਸੀਂ ਕੁਛ ਹੋਰ ਸੋਚੋ, ਬਿਲਕੁਲ ਤੁਸੀਂ ਉਸ ਬੰਦੇ ਦੀ ਅੱਛਾਈਆਂ ਦੇਖੋ, ਬਿਲਕੁਲ। ਐਂਡ ਮੈਂ ਬਹੁਤ, ਦਿਸ ਇਜ਼ ਯੂ ਨੋ, ਤੁਹਾਡੇ ਤੋਂ ਸ਼ੁਰੂ ਹੋਈ ਹੈ ਅੱਜ ਦੀ ਗੱਲ ਔਰ ਤੁਹਾਡੇ 'ਤੇ ਹੀ ਆਈ ਥਿੰਕ ਫਿਨਿਸ਼ ਕਰਾਂਗੇ, ਕਿ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਉਹਨੂੰ ਸਬਸਟੀਟਿਊਟ ਕਰਨਾ ਹੀ ਪੈਣਾ, ਤੁਸੀਂ ਆਪਣੇ ਆਪ ਨੂੰ ਆਪਣਾ ਆਪਣਾ ਪਹਿਰੇਦਾਰ ਬਣਨਾ ਹੀ ਪੈਣਾ ਕਿ ਹਾਂ ਮੈਂ ਇਹ ਕਰ ਰਹੀ ਹਾਂ, ਮੈਂ ਨਹੀਂ ਕਰਨਾ, ਨਹੀਂ ਕਰਨਾ, ਆਪਣੇ ਆਪ ਨੂੰ ਮਹਿਸੂਸ ਹੁੰਦਾ ਕਿ ਮੈਂ ਕਿਉਂ ਸੋਚ ਰਹੀ ਹਾਂ, ਬਾਕੀ ਜਿਹੜੇ ਡਰ ਹੈ ਕਿ ਉਹਦੇ ਨਾਲ ਇਹ ਹੋ ਜਾਏਗਾ, ਬੱਚਾ ਗਿਆ ਬਾਹਰ, ਉਹ ਉੱਪਰ ਵਾਲੇ ਤੇ ਛੱਡ ਦਿਓ, ਉਸ ਡਰ ਦੇ 'ਚ ਮੈਂ ਥੋੜ੍ਹੀ ਰਹਿਣਾ, ਉਸ ਡਰ 'ਚ ਮੈਂ ਥੋੜ੍ਹੀ ਜ਼ਿੰਦਗੀ ਬਿਤਾਉਣੀ ਹੈ, ਸੋ ਜੋ ਹੋਣਾ ਉਹ ਤੇ ਹੋਣਾ, ਬਿਲਕੁਲ ਬਿਲਕੁਲ। ਐਂਡ ਦੂਸਰਾ ਜਿਸ ਤਰ੍ਹਾਂ ਤੁਸੀਂ ਕਿਹਾ ਵਰੀ ਫੀਅਰ, ਉਹਨੂੰ ਰੱਬ ਤੇ ਛੋੜ ਦਿਓ, ਜੇ ਤੁਹਾਨੂੰ ਆਪਣਾ ਗੌਸਿਪ ਔਰ ਉਸ ਤਰ੍ਹਾਂ ਹੈ ਕਿ ਨਹੀਂ ਮੈਂ ਨਹੀਂ ਇਹ ਵਾਲਾ ਕਰਨਾ, ਮੈਂ ਨਹੀਂ ਸੋਚਣਾ, ਮੈਂ ਕਿਉਂਕਿ ਹਰ ਇਨਸਾਨ, ਹਰ ਇਨਸਾਨ ਹਰ ਸਿਚੁਏਸ਼ਨ ਦੇ ਵਿੱਚ ਅੱਛਾਈ ਵੀ ਹੈ, ਸੋ ਬੜੇ ਬੁਰੇ ਲੋਕਾਂ 'ਚ ਬੜੀ ਬੜੀ ਅੱਛਾਈਆਂ ਹੁੰਦੀਆਂ ਨੇ ਵਿੰਜ ਜੀ, ਬਿਲਕੁਲ, ਤੁਸੀਂ ਉਹਦੀ ਅੱਛਾਈ ਢੂੰਡੋ, ਤੁਹਾਡਾ ਦਿਮਾਗ ਹੀ ਦੂਜੇ ਪਾਸੇ ਲੱਗ ਜਾਏਗਾ। ਐਂਡ ਜਾਂਦੇ ਜਾਂਦੇ ਇੱਕ ਹੋਰ ਜਿਹੜਾ ਟਿਪ ਲੱਗਦਾ ਹੈ ਕਿ ਕਈ ਵਾਰੀ ਕਿ ਹਿਊਮਰ, ਜਿਹੜੀ ਜੋਕ ਕਰਨ ਦੀ ਕਪੈਸਿਟੀ ਹੈ ਨਾ, ਕਈ ਵਾਰੀ ਐਡਵਰਸ ਕੰਡੀਸ਼ਨਸ ਮਿਟਾਈ ਨਹੀਂ ਕਰਦੀ, ਅਸੀਂ ਕਿਤੇ ਜਾਂਦੇ ਹਾਂ ਤਾਂ ਲੋਕ ਸਾਰੇ ਹੱਸਦੇ ਕਹਿੰਦੇ ਉਹ ਆ ਗਏ ਸੁਦਰਸ਼ਨ ਜੀ ਆ ਗਏ, ਉਹ ਖੁਸ਼ ਹੋ ਜਾਂਦੇ ਆ, ਮਾਹੌਲ ਹੋ ਜਾਂਦਾ, ਦੋ ਚਾਰ ਅੱਛੀਆਂ ਗੱਲਾਂ ਕੀਤੀਆਂ, ਕਿਸੇ ਨੂੰ ਜੋਕ ਕਰ ਦਿੱਤਾ, ਕੋਈ ਮੂੰਹ ਸਜਾ ਕੇ ਕਿਉਂ ਬੈਠਾ, ਟ੍ਰੈਜਡੀ ਲਾਈਫ ਦੇ ਵਿੱਚ ਤੇ ਬੜੀਆਂ ਹੁੰਦੀਆਂ। ਅਰਵਿੰਦ ਜੀ, ਮੈਂ ਜਦੋਂ ਮੇਰੇ ਹਸਬੈਂਡ ਨੂੰ ਕੈਂਸਰ ਹੋਇਆ ਸੀ, ਮੈਂ ਸਾਰਾ ਰਸਤਾ ਬੈਂਕ ਜਾਂਦੇ ਜਾਂਦੇ ਇਹ ਸੋਚਦੀ ਸੀ ਕਿ ਵਾਈ ਮੀ, ਵਾਈ ਮੀ, ਉਹਦੇ ਬਾਅਦ ਮੈਂ ਇੱਕ ਦਿਨ ਬੜਾ ਧਿਆਨ ਨਾਲ ਸੋਚਿਆ ਤੇ ਬੜੀ ਸੈਲਫਿਸ਼ ਚੀਜ਼ ਹੈ, ਮੈਂ ਆਪਣੇ ਵਾਸਤੇ ਸੋਚ ਰਹੀ ਹਾਂ, ਦੁਨੀਆ 'ਚ ਹਜ਼ਾਰਾਂ ਕੇਸ ਐਸੇ ਨੇ, ਮੈਂ ਤਾਂ ਫਿਰ ਵੀ ਇਸ ਉਮਰ ਤੇ ਪਹੁੰਚ ਗਈ ਹਾਂ, ਬੜੀ ਬੜੀ ਯੰਗ ਲੋਕਾਂ ਨਾਲ ਐਸਾ ਹੋ ਜਾਂਦਾ, ਸੋ ਭਗਵਾਨ ਸ਼ਕਤੀ ਦੇ ਮੈਨੂੰ ਬਸ। ਬਹੁਤ ਵਧੀਆ, ਥੈਂਕ ਯੂ ਸੋ ਮਚ ਸੁਦਰਸ਼ਨ ਜੀ, ਰੀਅਲੀ ਰੀਅਲੀ ਐਪਰੀਸ਼ੀਏਟ ਕਿ ਉਹੀ ਕਿ ਐਡਵਰਸ ਕੰਡੀਸ਼ਨ, ਇਹ ਨਹੀਂ ਕਿ ਜਿਹੜੇ ਪੋਜ਼ਿਟਿਵ ਹੈਗੇ ਉਹਨਾਂ ਨੇ ਕਦੀ ਦੁੱਖ ਨਹੀਂ ਦੇਖਿਆ, ਦੁੱਖ ਸੁੱਖ ਸਾਰੇ ਸਿਮਿਲਰ ਹੀ ਆਉਂਦੇ ਹੈ, ਪਰ ਤੁਸੀਂ ਉਹਨੂੰ ਲੈਂਦੇ ਕਿਵੇਂ ਹੋ, ਉਹਦੇ ਬਾਅਦ ਰਿਐਕਟ ਕਿਵੇਂ ਕਰਦੇ ਹੋ। ਜਿਵੇਂ ਸੁਦਰਸ਼ਨ ਜੀ ਕਹਿ ਰਹੇ ਕਿ ਉਸ ਟਾਈਮ ਵੀ ਕਿੰਨਾ ਔਖਾ ਹੋਇਆ ਹੋਣਾ ਕਿ ਹਾਂ ਪਾਰਟਨਰ ਯੂ ਨੋ, ਔਰ ਆਸਾਨ ਹੈ ਕਹਿਣਾ ਕਿਸੇ ਏਜ ਦੇ ਵਿੱਚ ਵੀ, ਉਸ ਵੇਲੇ ਵੀ ਹੋਰ ਜ਼ਿਆਦਾ ਅਟੈਚਮੈਂਟ ਹੋ ਜਾਂਦੀ ਹੈ, ਹੋਰ ਜ਼ਿਆਦਾ ਇੱਕ ਡਰ ਰਹਿੰਦਾ ਹੈ ਕਿ ਯੂ ਨੋ ਵਿਛੋੜਾ ਆ ਜਾਏਗਾ। ਸੋ ਉਸ ਦੇ ਵਿੱਚ ਵੀ ਅਗਰ ਤੁਸੀਂ ਕੁਛ ਹੋਰ ਆਪਣੀ ਸ਼ਿਫਟ ਕਰ ਰਹੇ ਹੋ, ਔਰ ਹਿਊਮਰ ਸੁਦਰਸ਼ਨ ਜੀ ਸਾਰੇ ਅਸੀਂ ਜਾਣਦੇ ਹਾਂ ਕਿ ਯੂ ਨੋ ਸ਼ੀ ਜੋਕਸ ਅਰਾਊਂਡ ਐਂਡ ਸ਼ੀ ਇਜ਼ ਵੈਰੀ ਵਿਟੀ, ਸੋ ਹਿਊਮਰ ਹੈਲਪਸ ਅ ਲੋਟ, ਫਾਈਂਡਿੰਗ ਆਊਟ ਜੋਕਸ ਬਹੁਤ ਹੈਲਪ ਕਰਦੀ ਹੈ। ਸੋ ਜ਼ਿਆਦਾ ਮਨ ਢਹਿੰਦੀ ਹੈ ਕਲਾ 'ਚ ਹੋਏ ਤਾਂ ਜੋਕ ਪੜ੍ਹੋ, ਜੋਕ ਪੜ੍ਹੋ, ਹਾਸੇ ਵਾਲੇ ਵੀਡੀਓਜ਼ ਦੇਖੋ, ਕੋਈ ਐਸੀ ਚੀਜ਼ ਕਰੋ, ਮਤਲਬ ਇੱਕ ਫਿਜ਼ੀਕਲ ਫੋਰਮ ਦੇ ਵਿੱਚ ਕਰਨਾ ਪਏ। ਬਾਕੀ ਸਾਰੇ ਪਸੰਦ ਕਰਦੇ ਨੇ ਅਗਰ ਤੁਸੀਂ ਇੱਕ ਯੂ ਨੋ ਮਖੌਲ ਕਰ ਸਕਦੇ ਹੋ। ਸੋ ਮਖੌਲ ਜਿਹੜਾ ਹੈ ਬਿਲਕੁਲ ਪੋਜ਼ਿਟਿਵ ਦਾ ਦੋਸਤ ਹੈ ਅਤੇ ਨੈਗੇਟਿਵਿਟੀ ਦਾ ਦੁਸ਼ਮਣ ਹੈ। ਜੇ ਮਖੌਲ ਇੱਕ ਐਡਵਰਸ ਕੰਡੀਸ਼ਨ 'ਚ ਵੀ ਤੁਸੀਂ ਕੋਈ ਛੋਟਾ ਜਿਹਾ ਯੂ ਨੋ ਛੁੱਤਰੀ ਛੋੜ ਸਕਦੇ ਹੋ, ਸਾਰੇ ਹੱਸ ਪੈਂਦੇ ਹੈ ਅਤੇ ਮਾਹੌਲ ਬਿਲਕੁਲ ਸਹੀ ਹੋ ਜਾਂਦਾ, ਸੋ ਪੋਜ਼ਿਟਿਵਿਟੀ ਆਪਣੇ ਆਪ ਆ ਜਾਂਦੀ ਹੈ। ਸੋ ਅੱਜ ਵਾਸਤੇ ਇੰਨਾ ਹੀ, ਬਟ ਥੈਂਕ ਯੂ ਸੋ ਮਚ, ਆਈ ਥਿੰਕ ਬੜੀਆਂ ਚੀਜ਼ਾਂ ਇਸ ਬਾਰੇ ਜਿੰਨੀ ਗੱਲ ਕੀਤੀ ਜਾਏ ਉਨੀ ਘੱਟ ਹੈ, ਪਰ ਇੱਕ ਯਾਦ ਦਿਲਾਉਣਾ ਇੱਕ ਦੂਜੇ ਨੂੰ, ਥੈਂਕ ਯੂ ਜਿਨ੍ਹਾਂ ਨੇ ਸਾਨੂੰ ਪੁੱਛਿਆ ਵੀ ਸੀ ਕਿ ਸੁਦਰਸ਼ਨ ਜੀ ਦਾ ਨੰਬਰ ਦਿਓ, ਮੈਂ ਉਹਨਾਂ ਨੂੰ ਨੰਬਰ ਦੇ ਵੀ ਦਾਂਗੀ, ਬਟ ਇਹ ਮੈਂ ਹਾਲੇ ਨਹੀਂ ਦਿੱਤਾ, ਮੈਂ ਭੁੱਲ ਗਈ ਸੀ ਐਕਚੁਲੀ, ਬਟ ਦ ਹੋਲ ਥਿੰਗ ਇਜ਼ ਕਿ ਫੋਰ ਦੈਟ ਰੀਜ਼ਨ ਅਸੀਂ ਸਾਰੇ ਇਹਦੇ ਬਾਰੇ ਗੱਲ ਕੀਤੀ। ਐਂਡ ਇਹ ਹੁਣ ਜਦੋਂ ਵੀ ਕੁਛ ਨੈਗੇਟਿਵ ਵੱਲ ਸਾਡਾ ਧਿਆਨ ਜਾ ਰਿਹਾ ਹੋਏਗਾ, ਅਸੀਂ ਆਪਣੇ ਆਪ ਨੂੰ ਉੱਥੋਂ ਹਟਾਵਾਂਗੇ ਜ਼ਰੂਰ। ਸਤਿ ਸ਼੍ਰੀ ਅਕਾਲ।